भाई लोगों ने ना कट कटे बड़े रखे आ केते करने बड़े औखे आ। लो जी सरदार बहादुर फुम्मन सिंह फिरोजपुरिया साहब उन्होंने मिलना जी। कम दसो थोड़े नाल मैनू कोई कम नहीं, मैनू फुम्मन सिंह फिरोजपुरिया नाल कम आ। रांझे का मामा ते अमरीका का ओबामा भावे अजकल दोए बेले ने पर उन्होंने मिलना इन्ना सौखा नहीं, तू फिर भी किस्मत आला दास नूं इह फुम्मन फिरोजपुरिया कहिंदे आ। तैनूं एक बारी गल समझाई समझ नहीं आई, मैं किसे दास दोस नूं नहीं मिलना, मैं सरदार फुम्मन सिंह फिरोजपुरिया नूं मिलना। कामला कुकड़ दुपहरे वांग ओए कचहरियां चुची उची आवाजा मारन वाले आ, मेरा नाम ही फुम्मन फिरोजपुरिया। जे हुक्म होवे जनाब दा ते होटल बुक करा दिए 5-7 दिन लई। मैं सल दी तौड़ी ला दूं जां मेरे नाल कोई पुट्टी सिद्धी गल कीती आ तां। ओहो तुसीं ना दसणु तां 10 मिंट लाते, जिहड़ी गल मैं सिखण सिखाउण लई करना आया ना ओहनूं तां फिर तुसीं घट्टो घट्ट 5-7 दिन लाओगे। मैं तां होटल बुक करन दी गल कीती सी, लगदा तुसीं पताया दी फीलिंग लगा ना। सिखण सिखाउण नूं मैं तेरे कोलों सरंगी सिखणी आ। ओ मैं सरंगी नहीं सिखाउणी, तुसीं सिंगिंग सिखाउणी आ, ओह वी साडी किसे छोटी बच्ची नूं। मैं सुनिया तुहाडा भाणजा तुंबी वाले बड़े चंगियाड़े कढ़दा। मैं चंगियाड़े कढ़ण नूं स्टेन करना ओए साजां दा अदब करना सिखी दा। ओए इस तों वड्डा की अदब हो सकदा, बच्ची नूं संगीत सिखाउण दे बदले 50,000 रुपया रोटी पानी कार कोठी आ नकद 50,000 रुपया दे रहे हैं। आ चक ना होर तुहानूं छणकना चाहीदा। ओ इन्ने पैसिआं दे विच बच्ची छड़ चाहे पूरे दा पूरा टब्बर संगीत सिख लवे। नहीं नहीं फिलहाल टब्बर चो एक दी मत बजी आ। मेरी गल सुनो, आ लो साडा एड्रैस ते कल नूं टाइम ना आ जाइओ बिलासपुरिया साहब। ओए ओए मेरा नाम बिलासपुरिया नहीं, मेरा नाम फिरोजपुरिया। ओ आ जाइओ टाइम ना, ठीक है। ਕਿੱਥੇ ਲਿਆ? ਇੱਦਾਂ ਦਾ ਤਾਂ ਰਾਸ਼ਟਰਪਤੀ ਭਵਨ ਹੁੰਦਾ। ਭਾਣਜਿਆ ਕਾਸ਼ ਇੱਦਾਂ ਦਾ ਪਤਨੀ ਭਵਨ ਹੁੰਦਾ, ਸਾਲਾ ਵਿਆਹ ਕਰਾਉਣ ਦਾ ਸਵਾਦ ਹੀ ਆ ਜਾਣਾ ਸੀ। ਹੁਣ ਤੱਕ ਤਾਂ ਗੀਤਾਂ 'ਚ ਹੀ ਸੁਣਦੇ ਰਹੇ ਹਾਂ ਬਈ ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ। ਉਹ ਨਹਿਰੋਂ ਪਾਰ ਬੰਗਲੇ ਇੰਡੀਆ 'ਚ ਹੁੰਦੇ ਆ, ਇੱਥੇ ਤਾਂ ਨਹਿਰ ਤੋਂ ਆ ਰਹੀ ਐਡੇ ਸੋਹਣੇ ਨੇ, ਪਾਰ ਪਤਾ ਨਹੀਂ ਕਿੱਡੇ ਕੁ ਸੋਹਣੇ ਹੋਣਗੇ। ਅੰਦਰ ਬੰਦੇ ਕਿਹੋ ਜਿਹੇ ਹੋਣਗੇ? ਇਹੋ ਜਿਹੇ ਬੰਗਲਿਆਂ 'ਚ ਜ਼ਿਆਦਾਤਰ ਬਗਲੇ ਭਗਤੀ ਹੁੰਦੇ ਆ। ਚੱਲ ਅੰਦਰ ਚੱਲ ਕੇ ਦੇਖਦੇ ਹਾਂ। ਕਮਾਲ ਹੋ ਗਈ, ਫਤਿਹਪੁਰੀਆ ਸਾਹਿਬ ਸਾਜਰੇ ਹੀ ਪਹੁੰਚ ਗਏ। ਸ਼ਾਇਦ ਠੀਕ ਕਰ, ਮੈਂ ਪਹਿਲਾਂ ਵੀ ਕਿਹਾ ਸੀ ਮੈਂ ਫਿਰੋਜ਼ਪੁਰੀ ਹਾਂ। ਯਾਰ ਜੋ ਵੀ ਹੈਗਾ ਸਮਝ ਤਾਂ ਆਉਂਦੀ ਹੈ ਨਾ, ਲੱਗਦਾ ਰਾਤ ਨੂੰ ਨੀਂਦ ਨਹੀਂ ਆਈ ਜਨਾਬ ਨੂੰ। ਰਾਤਾਂ ਨੂੰ ਉੱਲੂ ਜਾਗਦੇ ਹੁੰਦੇ ਆ, ਅਸੀਂ ਤਾਂ ਨਿੱਤ ਘੋੜੇ ਵੇਚ ਕੇ ਸੋਈਦਾ, ਸਵਖ ਤੇ ਤਾਂ ਆ ਗਏ ਸੀ, ਸੋਚਿਆ ਜਾ ਕੇ ਪਹਿਲਾਂ ਬ੍ਰੇਕਫਾਸਟ ਕਰ ਲਾਂਗੇ। ਕੋਈ ਗੱਲ ਨਹੀਂ ਬ੍ਰੇਕਫਾਸਟ ਵੀ ਕਰਾ ਦਿੰਦੇ ਹਾਂ, ਪਹਿਲਾਂ ਬੇਬੀ ਨੂੰ ਤਾਂ ਮਿਲ ਲਓ। ਲਓ ਸੈਂਡੀ ਜੀ ਵੀ ਆ ਗਏ। ਇਹ ਬੱਚੀ ਆ? ਮੈਨੂੰ ਤਾਂ ਲੱਗਦਾ ਬੱਚੀ ਖੁੱਚੀ ਆ, ਵਿਆਹ ਤੋਂ ਲੱਗਦਾ ਹਜੇ ਵਿਆਹ ਹੋਇਆ ਨਹੀਂ। ਸਸਿਕਾਲ। ਸਸਿਕਾਲ ਜੀ। ਸਸਿਕਾਲ। ਮੈਂ ਤਾਂ ਜੀ ਤੁਹਾਨੂੰ ਬਿਨਾਂ ਦੇਖਿਆ ਹੀ ਹਿਸਾਬ ਲਾ ਲਿਆ ਸੀ ਕਿ ਐਡੀ ਪਿਆਰੀ ਤੇ ਮਿੱਠੀ ਆਵਾਜ਼ ਤਾਂ ਕਿਸੇ 22 ਈਅਰ ਓਲਡ ਹੌਟ ਸੈਕਸੀ ਤੇ ਗਲੈਮਰਸ ਕੁੜੀ ਦੀ ਹੀ ਹੋ ਸਕਦੀ ਹੈ। ਥੈਂਕ ਯੂ ਸੋ ਮਚ ਫॉर द ਕੰਪਲੀਮੈਂਟ। ਆਈ ਐਮ 24। ਚੌਕਈਆ ਅੱਗੇ ਨਹੀਂ ਤਾਂ ਪਿੱਛੇ ਲਾ ਲਿਆ। ਬਕਵਾਸ ਬੰਦ ਕਰ। ਸ਼ਮਸ਼ੇਰ ਜੀ। ਹਾਂਜੀ। ਗੁਰਦਾਸ ਪ੍ਰਿਆ ਸਾਹਿਬ ਨੂੰ ਨਾਸ਼ਤਾ ਵਗੈਰਾ ਤਾਂ ਕਰਾਓ। ਹਾਂਜੀ। ਓਏ ਤੂੰ ਦੱਸਿਆ ਮੈਡਮ ਨੂੰ ਮੇਰੇ ਸ਼ਹਿਰ ਦਾ ਪੁੱਠਾ ਨਾ। ਓ ਮੈਂ ਨਹੀਂ ਦੱਸਿਆ ਭੋਗਪੁਰੀਆ ਸਾਹਿਬ। ਤੂੰ ਮੇਰੇ ਕੋਲੋਂ ਨਾ ਵੱਖੀ ਚ ਘਸੋਨ ਖਾ ਲੈਣੇ। ਮੈਡਮ ਤੁਹਾਨੂੰ ਮੈਂ ਦੱਸਣਾ ਆਪਣੀ ਇੰਟਰੋਡਕਸ਼ਨ। ਹਾਂ। ਮੈਂ ਨਾ ਤਾਂ ਗੁਰਦਾਸਪੁਰੀਆ ਤੇ ਨਾ ਹੀ ਭੋਗਪੁਰੀਆ, ਮੈਂ ਰਾਂਝੇ ਦਾ ਮਾਮਾ ਫਿਰੋਜ਼ਪੁਰੀਆ, ਯਾਨੀ ਕਿ ਫੁੰਮਣ ਫਿਰੋਜ਼ਪੁਰੀਆ।
ਤੁਸੀਂ ਮੈਨੂੰ ਪਿਆਰ ਨਾਲ ਫੁੰਮਣ ਵੀ ਕਹਿ ਸਕਦੇ ਹੋ। ਫੁੰਮਣ, ਓ ਮਾਈ ਗੋਡ, ਸੋ ਕਿਊਟ ਨੇਮ। ਸੁਣ ਲਿਆ ਇਹ ਕਿਊਟ ਦਸਾਂ ਪਿੰਡਾਂ 'ਚ ਮਸਾਂ ਇੱਕ ਨਾ ਹੁੰਦਾ ਫੁੰਮਣ। ਸ਼ਮਸ਼ੇਰ ਜੀ ਸੌਰੀ, ਮੈਂ ਤੁਸੀਂ ਇਹਨਾਂ ਨੂੰ ਬੇਬੀ ਨਾ ਮਿਲਾਓ, ਉਦੋਂ ਤੱਕ ਮੈਂ ਪਾਰਲੇ ਜਾ ਕੇ ਆਨੀ। ਓਕੇ, ਅੱਜ ਪਤਾ ਚੱਲਿਆ ਡੋਲਫਿਨ ਨੂੰ ਵੀ ਨਹਾਉਣ ਦੀ ਲੋੜ ਪੈਂਦੀ ਹੈ। ਥੈਂਕ ਯੂ ਵੈਰੀ ਮੱਚ ਫॉर द ਕੰਪਲੀਮੈਂਟ ਵਾਂਸ ਅਗੇਨ। ਬਾਏ ਬਾਏ। ਓ ਹੈਲੋ, ਓ ਹੁਣ ਸਮੁੰਦਰ 'ਚ ਗੋਤੇ ਲਾਉਣੇ ਆ, ਬੇਬੀ ਇੱਧਰ ਆ, ਚੱਲ ਹੁਣ ਸਿਆਪਾ ਗੱਲ 'ਚ ਪਾ ਲਿਆ ਮੈਂ ਹਣ। ਇਹ ਨੇ ਸਾਡੇ ਬੇਬੀ। ਹੁਣ ਪਤਾ ਲੱਗਿਆ ਪੈਸੇ ਦੀ ਪਾਵਰ ਕੀ ਹੁੰਦੀ ਹੈ। ਆ ਗਿਆ ਨਾ ਪੂਛ ਲਾਉਂਦਾ। ਆ ਜਿਹੜੇ ਜਾਨਵਰ ਨਾਲ ਤੂੰ ਮੇਰੀ ਤੁਲਨਾ ਕੀਤੀ ਹੈ ਨਾ, ਲੋਕ ਉਹਦੀ ਵਫਾਦਾਰੀ ਦੀਆਂ ਮਿਸਾਲਾਂ ਦਿੰਦੇ ਆ। ਮੈਂ ਥੁੱਕਦਾ ਨਹੀਂ ਤੇਰੇ ਪੈਸਿਆਂ ਤੇ। ਜੇ ਮੈਨੂੰ ਪਤਾ ਹੁੰਦਾ ਬੇਬੀ ਤੂੰ ਹੈ, ਮੈਂ ਰਾਤ ਹੀ ਤੇਰੇ ਬਾਠਾਂ ਨੂੰ ਅੱਗ ਲਾ ਕੇ ਹੱਥ ਸੇਕ ਲੈਣੇ ਸੀ। ਰਹੀ ਗੱਲ ਪਾਵਰ ਦੀ, ਆ ਤੇਰੀ ਤਾਂ ਕਾਤ ਹੀ ਕੀ ਆ, ਜੱਟ ਨੇ ਤਾਂ ਕਦੇ ਡੀਸੀ ਦੀ ਧੌਂਸ ਨਹੀਂ ਮੰਨੀ। ਚੱਲ ਮਾਮਾ, ਇਹੋ ਜਿਹੀ ਬਦਮਾ ਕੁੜੀ ਤੇ ਮੈਂ ਆਪਣਾ ਟੈਲੈਂਟ ਵੇਸਟ ਨਹੀਂ ਕਰ ਸਕਦਾ। ਰਾਂਝਿਆ ਗੱਲ ਤਾਂ ਸੁਣ ਯਾਰ, ਇਹ ਤਾਂ ਪਹਿਲਾਂ ਹੀ ਕਰੇਲਾ ਸੀ, ਉੱਤੋਂ ਨਿੰਮ ਟੱਕਰ ਗਈ। ਤਾਰਾਂ ਜੁੜੀਆਂ ਨਹੀਂ, ਪੜਾਕਾ ਪਹਿਲਾਂ ਹੀ ਪੈ ਗਿਆ। ਹੁਸ਼ਿਆਰਪੁਰੀਆ ਸਾਹਿਬ, ਇਹ ਗੱਲ ਮੇਰੇ ਕੋਈ ਪੱਲੇ ਨਹੀਂ ਪਈ। ਤੇਰੇ ਗੱਲ ਇੰਨੀ ਕੁ ਪੱਲੇ ਪੈ ਜਾਵੇ ਕਿ ਮੈਂ ਹੁਸ਼ਿਆਰਪੁਰੀਆ ਨਹੀਂ, ਮੈਂ ਫਿਰੋਜ਼ਪੁਰੀ ਹਾਂ, ਉਹੀ ਬਹੁਤ ਆ। ਬੇਬੀ ਤੁਸੀਂ ਬਾਕੀ ਗੱਲਾਂ ਭੁੱਲ ਜਾਓ, ਬਸ ਮੈਂ ਉਹਨੂੰ ਸਮਝਾ ਬੁਝਾ ਕੇ ਲੈ ਕੇ ਆਉਣਾ, ਉਹ ਤੁਹਾਨੂੰ ਸੌਰੀ ਬੋਲ ਦੂਗਾ। ਇੱਧਰ ਮੜ ਕੇ ਤੁਸੀਂ ਸੌਰੀ ਬੋਲ ਦਿਓ। ਜੂਲੀਅਟ ਦੀ ਡਿਕਸ਼ਨਰੀ ਵਿੱਚ ਸੌਰੀ ਨਾਂ ਦਾ ਕੋਈ ਵਰਡ ਨਹੀਂ ਹੈ। ਸੌਰੀ ਤਾਂ ਮੇਰੇ ਕੋਲੋਂ ਗਵਾਰ ਮੰਗੂਗਾ, ਮੈਂ ਮਾਫੀ ਮੰਗਾ, ਮਾਫੀ ਮੰਗੇ ਮੇਰੀ ਜੁੱਤੀ। ਮੌਜਾ ਤਾਂ ਉਹਦਾ ਵੀ ਬੜਾ ਅਣਖੀ ਆ, ਮੈਂ ਟਰਾਈ ਕਰਦਾ। ਜਾਓ ਫਿਰ ਮੌਜਾ ਲਾਓ। ਅੱਛਾ, ਇਹਦਾ ਮਤਲਬ ਪੈਸੇ ਹਜੇ ਨਾਲ ਹੀ ਚੱਕੀ ਫਿਰਦਾ। ਮਾਮਾ ਤੂੰ ਇਹ ਠੀਕ ਨਹੀਂ ਕੀਤਾ। ਰਾਜੇ ਦਾ ਵਜ਼ੀਰ, ਫੁੰਮਣ ਦਾ ਤੀਰ ਜਦੋਂ ਵੀ ਚੱਲਦੇ ਆ ਠੀਕ ਹੀ ਚੱਲਦੇ ਆ। ਮਤਲਬ? ਉਹ ਮਤਲਬ ਮਾਮੇ ਦੇ ਪੈਰੀ ਹੱਥ ਲਾ, ਆਸ਼ੀਰਵਾਦ ਖਾ, ਸਿੱਧਾ ਸ਼ੇਰ ਬਣ ਕੇ ਅੰਦਰ ਜਾ, ਉਹ ਇਹ ਆਪਣਾ ਘਰ ਹੀ ਆ। ਆਪਣਾ ਘਰ? ਮਾਮਾ ਤੂੰ ਕਹਿਣਾ ਕੀ ਚਾਹੁੰਦਾ? ਮਾਮਾ ਕੁਛ ਨਹੀਂ ਕਹਿਣਾ ਚਾਹੁੰਦਾ, ਪਰ ਇਹ ਤਸਵੀਰ ਜ਼ਰੂਰ ਕੁਝ ਕਹਿ ਰਹੀ ਹੈ। ਰਾਂਝਿਆ, ਜਿਸ ਮਕਸਦ ਲਈ ਆਪਾਂ ਥਾਈਲੈਂਡ ਆਇਆ ਨਾ, ਸਮਝ ਲਾ ਉਹਦੀ ਮੰਜ਼ਿਲ ਇੱਥੇ ਹੀ ਆ। ਅੱਛਾ, ਤਾਂ ਇਹ ਗੱਲ ਹੈ, ਮੰਜ਼ਿਲਾਂ ਜਿੰਨੀਆਂ ਮਰਜ਼ੀ ਹੋਣ, ਹੁਣ ਤਾਂ ਜੱਟ ਸਾਰੀਆਂ ਹੀ ਸਰ ਕਰਕੇ ਛੱਡੂਗਾ। ਆਮ ਸੌਰੀ ਮੈਡਮ। ਆ ਗਈ ਅੱਕਲ ਟਿਕਾਣੇ, ਹੁਣ ਪਤਾ ਲੱਗ ਗਿਆ ਕਿਵੇਂ ਕੀ ਚੀਜ਼ ਆ। ਜੇ ਪਤਾ ਲੱਗ ਗਿਆ ਤਾਂ ਹੀ ਤਾਂ ਵਾਪਸ ਆਇਆ। ਆਈ ਲਾਈਕ ਇਟ। ਚਲੋ ਜੀ, ਦੇਰ ਆਏ ਦਰੁਸਤ ਆਏ, ਹੁਣ ਤੁਸੀਂ ਇਹ ਦੱਸੋ ਸੰਗੀਤ ਸਿੱਖਣਾ ਕਦ ਤੋਂ ਸ਼ੁਰੂ ਕਰਨਾ? ਐਡੀ ਵੀ ਕਾਹਦੀ ਕਾਲੀ ਹੈ, ਰੋਟੀ ਛੋਟੀ ਖਾਓ, ਪਾਣੀ ਦਾਣੀ ਪੀਓ ਤੇ ਰੈਸਟ ਕਰੋ, ਹੁਣ ਤਾਂ ਟਾਈਮ ਹੀ ਟਾਈਮ ਹੈ ਸਿੱਖਣ ਤੇ ਸਿਖਾਉਣ ਨੂੰ। ਸੈਂਡੀ ਜੀ। ਫੁੰਮਣ ਜੀ ਤੁਸੀਂ? ਹਾਂਜੀ ਅਸੀਂ। ਗੁੱਸਾ ਨਾ ਕਰੀ, ਤੈਨੂੰ ਮੂੰਹ ਤੇ ਆਵਾਜ਼ ਮਾਰੀ ਆ। ਮੈਂ ਗੁੱਸਾ ਨਹੀਂ ਕਰਦੀ। ਹਾਂਜੀ ਦੱਸੋ। USA ਦੀ ਕੈਂਡੀ ਤੇ ਥਾਈਲੈਂਡ ਦੀ ਸੈਂਡੀ, ਧਰਮ ਨਾਲ ਦੋਹਾਂ ਦਾ ਕੋਈ ਤੋੜ ਨਹੀਂ। ਥੈਂਕ ਯੂ। ਸੈਂਡੀ ਜੀ, ਵੈਸੇ ਪੁੱਛਣਾ ਬਣਦਾ ਤਾਂ ਨਹੀਂ, ਫਿਰ ਨਾ ਪੁੱਛੋ। ਚੱਲ ਪੁੱਛ ਹੀ ਲੈਂਦੇ। ਅੱਜ ਸਵੇਰੇ ਸਵੇਰੇ ਕਿੱਧਰ ਪਾਣੀਆਂ ਨੂੰ ਅੱਗ ਲਾਉਣ ਦੀ ਤਿਆਰੀ ਕੀਤੀ ਹੈ? ਮੈਂ ਤਾਂ ਬਿਲੀਅਟ ਸਿੱਖਣ ਦੀ ਤਿਆਰੀ ਕਰੀ ਬੈਠੀ ਸੀ। ਓ ਅੱਛਾ ਜੀ। ਜੂਲੀਅਟ ਕੋ ਸਿਖਾਉਣ ਦਾ ਟਾਈਮ ਨਹੀਂ, ਸ਼ਮਸ਼ੇਰ ਜੀ ਕਹਿੰਦੇ ਸੀ ਮੈਂ ਸਿਖਾ ਦਊਂਗਾ, ਉਹਨਾਂ ਦੀ ਵੇਟ ਕਰ ਰਹੀ ਸੀ। ਜਾਦੀ ਸ਼ਤੀਰੀ ਤੇ ਕੈਲਡੀਆਂ ਨੂੰ ਜੱਫੇ, ਹੁਣ ਬਾਂਦਰ ਕਿਲਾ ਖੇਡਣ ਵਾਲੀ ਕੌਮ ਬਿਲੀਅਟ ਸਿਖਾਊਗੀ? ਤੁਹਾਨੂੰ ਬਿਲੀਅਟ ਆਂਦੀ ਹੈ? ਔਖਾ ਇਸ ਗੇਮ ਦੇ ਵਿੱਚ, ਕਿਲੇ ਨਾਲ ਰੱਸੀ ਬੰਨੀ ਹੁੰਦੀ ਆ, ਮੂਰੇ ਜੁੱਤੀਆਂ ਨਾਲ ਢੇਰ ਲਾਇਆ ਹੁੰਦਾ। ਮੈਂ ਬਿਲੀਅਟ ਦੀ ਗੱਲ ਕਰ ਰਹੀ ਆ। ਹਾਂ, ਮੈਂ ਵੀ ਬਿਲੀਅਟ ਦੀ ਗੱਲ ਕਰ ਰਿਹਾ। ਐਫਰਨ ਰੀਨਸ ਔਰ ਰਾਲਫਨ ਗ੍ਰੀਨਫੀਲਡ, ਕਦੇ ਨਾ ਸੁਣਿਆ? ਨਹੀਂ, ਕੌਣ ਹੈ? ਬਿਲੀਅਟ ਦੀ ਗੇਮ ਦੇ ਵਰਲਡ ਦੇ ਟੌਪ ਦੇ ਖਿਡਾਰੀ ਨੇ। ਅੱਛਾ ਜੀ। ਮੈਂ ਹੀ ਤੇ ਸਿਖਾਇਆ।
प्लीज फिर मेनू भी सिखाओ ना। अन्ना की भाले दो अख जी। अब मेरे पता आओ ना। हाँ इधर आओ। ओके चुक चुक हुन। अब हाथ ना हिलाओ, बाह हिला सकते। अच्छा सॉरी। यू आर वेलकम। जिस तरह अर्जुन का निशाना हाँ? सिर्फ मच्छी दी अक्ख सी ना हाँ? इसे तरह अपना निशाना वाइट बॉल यानी के क्यू बॉल तो हटा के अपने एम ते टिकाओ। तुसी भी एम ते टिकाओ ना। टिकाई तो बैठा महसूस ते करो। हाँ जी हाँ जी। तेरी अपनी एक ही हो रहा है। Who are you to ask? नहीं सैंडी जी, मेरा मतलब आ की हो रहा सी। शमशेर जी तुहानू की लगता है कि तुसी नहीं सिखाओगे तो सैंडी बिलियर्ड नहीं सीख पाओगी? थैंक यू फॉर मंजी। यू आर ऑलवेज वेलकम। ओ मैडम नु तो मैं कह नहीं सकता पर तू मेनु दस फम्मण जीरकपुरिया। ओए पहले शायद ठीक कर। ओए ओ शायद नु गोली मार यार। आ की पखंड हो रहा सी। सैंडी फारसी वे समझा के गई है जड़ तेरे पल्ले नहीं पिया। तेनू दस्या तो है मैं गेम सिखा रहा सी। आ केड़ी गेम है जड़ियां जफियां पा पा के गेम सिखा रहा सी? एनू निशाना गेम कहंदे आ। शोले फिल्म देखी है? आहो धर्मेंद्र ने हेमा मालिनी नू एदा ही निशाना लाउणा सिखाया सी। धर्मेंद्र वालों कीती आशकी तो तेरे चेते रह गई पर लगदा गब्बर वालों पै फटे भुल गया तू। हां एक गल याद रखी, रांझे ने 12 साल मज्जा दुध पीन ले नहीं सी चारिया, ओदा कोई मतलब सी। इसे तरह मैं मैनेजरी दो टुकड़ा वास्ते नहीं कर रहा, बाकी तू समझदार। एक गल मेरी भी कन खोल के सुन ला, कन्ना चो मैल कढ़न वाले आ। ए तां मैनू पता नहीं कि रांझे ने मज्जा 12 साल दुध पीन नू चारिया सी जां पाथियां थप्पण नू, पर इन्ना मैनू जरूर पता कि जेड़े साध दी धूणी ओदी चेली जिने पट ली मामे आली। मामे ने तो सवेर दी 6 बजे दी पीली जी। ए किवें हो सकदा, उठदा तां नहीं लेटा हो। वैसे हैगा किथे आ मामा जी? ओ बिलियर्ड रूम च ने मैनूं लगदा। सच थोनू कहना तो भूल ही गई, बेबी ने कहा है कि चाह पी के उपर आ जाइयो म्यूजिक सिखा। मैसेज दे आई तू उसनो? आ रहा हो मैंने म्यूजिक सिखाण? हाँ जी हाँ जी आ रहा थोड़ी देर च। चलो वधिया है फिर ता। तू समझ गई ना की करना है? हाँ जी। लस्सी दे ग्लास विच 2 गोलियां मिला के तू ले आई, ठीक है? हाँ जी। एक गोली खा के ओदा गला खराब हो ते दूजी खा के 4 दिन तक उठूगा नहीं। ओ मिस्टर, दरवाजा नॉक करने तो बाद सामने वाले दी आवाज भी सुनी दी है, फिर अंदर आई दे। गवार। आ की है? ये तू भी है? पंजाब दा बहुत मशहूर ते प्यारा लोक साज है, अज इहदे नाल ही सिखाऊंगा तैनूं गाने गाउणे। इहदे नाल ही सिखाएंगा? हाँ। चल फिर बह जा। मैं सोचिया कि अज शुरुआत करनी है ता कुछ मिठा हो जाए, तो मैं इस करके लस्सी मंगा ली। पर लस्सी ते खट्टी हुंदी है। नहीं इस विच मिठा पाया होया ना, इसलिए मिठी हो गई। वैसे मैं ठंडी चीज पींदा ते नहीं, पर जे तुसी इन्ने प्यार नाल कह रहे हो तो फिर मैं पी लैना। तो पियो फिर। हुण दसो की पेश कीता जाए। तू एक्सपर्ट आ तो शुरू कर, जो भी शुरू करना है। ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਨਿਕਲੇ ਪਟੋਲਾ ਬਣ ਕੇ ਨੀ ਮੁੰਡਿਆਂ ਦੀ ਜਾਨ ਤੇ ਬਣੇ। ਓ ਤੁਹਾਡੇ ਗਲੇ ਨੂੰ ਕੀ ਹੋਇਆ? ਗਲੇ ਨੂੰ ਕੁਛ ਨਹੀਂ ਹੋਇਆ, ਮੈਨੂੰ ਲੱਗਦਾ ਗਾਣੇ 'ਚ ਕੋਈ ਨੁਕਸ ਹੈ। ਆਪਾਂ ਹੋਰ ਟਰਾਈ ਕਰਦੇ ਹਾਂ। ਕਰੋ 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 ਹੋਰ ਟਰਾਈ ਕਰੋ। ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ਤੇ, ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ।
ਹੁਣ ਵੀ ਗਾਣੇ ਚ ਨੁਕਸ ਹੈ ਗਾਣੇ ਚ ਨੁਕਸ ਨਹੀਂ ਮੈਨੂੰ ਲੱਗਦਾ ਮੈਂ ਸੁਰ ਚ ਰੱਖ ਲਿਆ ਆਪਾਂ ਹੋਰ ਟਰਾਈ ਕਰੀਏ ਕਰੋ ਕਰੋ ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਹਾਂ ਸੋਹਣਿਆ ਬਣਾਉਣੀ ਦੇਤੀ ਕੰਗਰੀਆ ਤੇਰਾ ਹੁਣ ਕਾਦੇ ਚ ਨੁਕਸ ਹੈ ਮੈਨੂੰ ਲੱਗਦਾ ਮੇਰੇ ਗਲੇ ਚ ਕੋਈ ਨੁਕਸ ਹੈ ਉਹ ਤਾਂ ਹੈ ਕੋਈ ਗੱਲ ਨਹੀਂ ਤੂੰ ਇੰਜ ਕਰ ਤੂੰ ਘਰ ਜਾ ਮੈਡੀਸਿਨ ਲੈ ਤੇ ਰੈਸਟ ਕਰ ਆਪਾਂ ਨੂੰ ਕਿਹੜੀ ਕਾਹਲੀ ਹੈ ਆਪਾਂ ਬਾਅਦ ਕਰ ਲਾਂਗੇ ਸਿੱਖ ਲਾਂਗੇ ਬਾਅਦ ਫ੍ਰੀ ਟਾਈਮ ਤੇ ਅਜੇ ਤਾਂ ਟ੍ਰੇਲਰ ਆ ਪਿਕਚਰ ਅਜੇ ਬਾਕੀ ਆ ਪਾਗਲ ਨੋ ਕੱਲ ਆਇਆ ਸੀ ਮੇਰੀ ਕਲਾਸ ਲਗਾਉਣ ਮੈਂ ਉਹਦੀ ਕਲਾਸ ਲਗਾਤੀ ਭਲੇ ਚੰਗੇ ਰਾਂਝੇ ਨੂੰ ਵੀ ਨਾ ਮੈਂ ਬਿਲਕੁਲ ਹੀ ਹੀਰ ਬਣਾਤਾ ਹੀਰ ਉਹ ਭੋਲੀਏ ਮੈਂ ਕਹਿ ਰਹੀ ਹਾਂ ਮੈਂ ਉਹਦੀ ਲੱਸੀ ਵਿੱਚ ਨਾ ਐਪਸਮ ਸਾਲਟ ਮਿਲਾਤਾ ਜਿਹਦੇ ਕਰਕੇ ਉਹਦੀ ਆਵਾਜ਼ ਨਾ ਬਿਲਕੁਲ ਜਨਾਨੀਆਂ ਵਾਂਗ ਹੋ ਗਈ ਪਰ ਜਦੋਂ ਉਹਦਾ ਗਲਾ ਠੀਕ ਹੋ ਜਾਣਾ ਹੈ ਤਾਂ ਤੈਨੂੰ ਮਿਊਜ਼ਿਕ ਸਿੱਖਣਾ ਹੀ ਪੈਣਾ ਮੈਂ ਠੀਕ ਹੋਣ ਹੀ ਨਹੀਂ ਦੇਣਾ ਜਦੋਂ ਵੀ ਠੀਕ ਹੋਊਗਾ ਮੈਂ ਵਾਪਸ ਉਹਨੂੰ ਐਪਸਮ ਸਾਲਟ ਦੇ ਦੇਣਾ ਸਮਾਰਟ ਗਰਲ ਉਹ ਆ ਰਿਹਾ ਮੈਨੂੰ ਮਿਊਜ਼ਿਕ ਸਿਖਾਉਣ ਹਾਂਜੀ ਤੂੰ ਫਿਰ ਜੂਸ ਦੇ ਦੋ ਗਲਾਸ ਲੈ ਕੇ ਆ ਜਾਈਂ ਡਰਾਇੰਗ ਰੂਮ ਵਿੱਚ ਅਤੇ ਯਾਦ ਹੈ ਨਾ ਦੋ ਗੋਲੀਆਂ ਉਸ 'ਚ ਐਕਸਟਰਾ ਪਾ ਦੇਵੇ ਠੀਕ ਹੈ ਅੱਜ ਤੂੰ ਬੜਾ ਸੋਹਣਾ ਲੱਗ ਰਿਹਾ ਮੈਂ ਤਾਂ ਪਹਿਲਾਂ ਹੀ ਬਹੁਤ ਸੋਹਣਾ ਸੀ ਤੁਸੀਂ ਕਦੇ ਉਸ ਨਜ਼ਰ ਨਾਲ ਦੇਖਿਆ ਹੀ ਨਹੀਂ ਅੱਜ ਤੂੰ ਜੂਸ ਪੀ ਕੇ ਦੇਖ ਤੈਨੂੰ ਪਤਾ ਲੱਗੂਗਾ ਪਹਿਲਾਂ ਜੂਸ ਪੀ ਲਓ ਫਿਰ ਸ਼ੁਰੂ ਕਰਦੇ ਹਾਂ ਪਹਿਲਾਂ ਤੁਸੀਂ ਪੀ ਲਓ ਆਪਾਂ ਫਿਰ ਸ਼ੁਰੂ ਕਰ ਲੈਂਦੇ ਹਾਂ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਆ ਤੁਹਾਡਾ ਹੀ ਜੂਸ ਹੈ ਹੁਣ ਪੀਓ ਤੁਸੀਂ ਪੀਓ ਉਹ ਇੱਕੋ ਹੀ ਗੱਲ ਹੈ ਪੀਓ ਚਲੋ ਫਿਰ ਜੁਲੀਅਟ ਜੀ ਥੋੜ੍ਹਾ ਜਿਹਾ ਗਾ ਕੇ ਸੁਣਾਓ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਤੁਹਾਡਾ ਸਕੇਲ ਕੀ ਹੈ ਘੁੰਮਣ ਘੁਮਾਉਣ ਨੂੰ ਤਾਂ ਥਰ ਰੱਖਿਆ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਮੈਂ ਤੁਹਾਨੂੰ ਗਾਉਣ ਲਈ ਕਿਹਾ ਜੇ ਗਾਣੇ ਦੇ ਵਿੱਚ ਪਟਾਕੇ ਸ਼ਬਦ ਹੈਗਾ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਆਪਣੀ ਆਵਾਜ਼ ਹੀ ਪਟਾਕਿਆਂ ਵਰਗੀ ਕਰ ਲਓ ਦੁਬਾਰਾ ਗਾਓ ਇੱਕ ਵਾਰੀ ਘੁੰਮਣ ਘੁਮਾਉਣ ਨੂੰ ਤਾਂ ਥਰ ਰੱਖਿਆ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਉਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਪਣੀ ਆਵਾਜ਼ 'ਚ ਗਾਓ ਬੰਦਿਆਂ ਵਾਲੀ ਆਵਾਜ਼ 'ਚ ਨਾ ਗਾਓ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਤੁਹਾਡਾ ਸਕੇਲ ਕੀ ਹੈ ਮੈਂ ਤਾਂ ਨੋਰਮਲੀ ਗਾ ਰਹੀ ਹਾਂ ਮੈਨੂੰ ਕੀ ਪਤਾ ਕੀ ਹੋ ਰਿਹਾ ਗਾਉਣਾ ਤਾਂ ਦੂਰ ਦੀ ਗੱਲ ਥੋੜ੍ਹਾ ਤਾਂ ਬੋਲਣ ਦਾ ਸਕੇਲ ਵੀ 76 ਗੱਲ ਵਰਗਾ ਹੋਇਆ ਪਿਆ ਮੈਨੂੰ ਲੱਗਦਾ ਤੁਸੀਂ ਠੀਕ ਨਹੀਂ ਦਵਾਈ ਲਓ ਆਰਾਮ ਕਰੋ ਆਪਾਂ ਨੂੰ ਕਿਹੜਾ ਕੋਈ ਕਾਹਲੀ ਹੈ ਫਿਰ ਸਿੱਖ ਲਵਾਂਗੇ ਫ੍ਰੀ ਸਮੇਂ 'ਚ ਉਹ ਪ੍ਰੀਤੋ ਇੱਕ ਕੰਮ ਨਹੀਂ ਹੁੰਦਾ ਸਟੂਪਿਡ ਇਡੀਅਟ ਉਹ ਖਾਲਾ ਖਾਲਾ ਮਾਮਾ ਕਿਹੜੀਆਂ ਸੋਚਾਂ 'ਚ ਪਿਆ ਘੁੰਡ ਵਾਲੀ ਡੀਕਦਾ ਲਾੜਾ ਵਾਟੀ ਬਿਨਾ ਅਤੇ ਫੁੰਮਣ ਰੋਟੀ ਬਿਨਾ ਕਿਤੇ ਰਹਿ ਸਕਦੇ ਆ ਮੈਂ ਤਾਂ ਸੈਂਡੀ ਦੇ ਸੈਂਡ ਵਿੱਚ ਉਡੀਕ ਰਿਹਾ ਸੀ 57 ਵੇਟ ਕੁੜੀ ਦਾ ਨਹੀਂ ਨਹੀਂ 57 ਤਾਂ ਬਹੁਤ ਜ਼ਿਆਦਾ ਹੋ ਗਿਆ 47 ਵੇਟ ਕੁੜੀ ਦਾ ਮਰ ਗਈ ਸੈਂਡੀ ਮਰ ਗਈ ਸੈਂਡੀ 'ਚ ਕੀ ਹੋ ਗਿਆ ਆਪਣੀ ਨਜ਼ਰ ਲੱਗ ਗਈ
एक तो अपने मैनेजर वर्गियां बिंगियां टेढ़ियां जिहियां पौड़ियां बना लियां सिद्धियां नहीं बना होंदियां सी हाय मेरी लत आ जाओ सैंडी जी एक ही पाणा वरत गया डिगण तो पहले दस नहीं हुंदा सी कि डिगदी नूं आण संभाल जिंद मेरी तां बचदी ले चल फुम्मणा वे नाल रांझे दे मामा बहुत पेन हो रही है हाय तेरी आई मैं मर जा मेरा माल विंगा ना होवे तुसी ठीक होके बैठो मैं मालिश कर दा जिथे थोड़े सट लगी आ ਕਿੰਨਾ ਕੁ ਦਰਦ ਹੋ ਰਿਹਾ ਰਾਂਝੇ ਦੇ ਮਾਮਾ ਤੁਸੀਂ ਚਾਹੇ ਜਿੰਨੇ ਮਰਜ਼ੀ ਹੱਥ ਪੈਰ ਚਲਾਓ ਆਈ ਥਿੰਕ ਤੁਹਾਡੇ ਕੋਲ ਆਰਾਮ ਨਹੀਂ ਆਣਾ ਤੁਸੀਂ ਸ਼ਮਸ਼ੇਰ ਜੀ ਨੂੰ ਬੁਲਾਓ ਮੈਂ ਸ਼ਮਸ਼ੇਰ ਨੂੰ ਬੁਲਾਉਣ ਨੂੰ ਉਹ ਸਾਲਾ ਹਕੀਮ ਤਾਰਾ ਚੰਦਾ ਨਾਲੇ ਮੈਂ ਮਰ ਗਿਆ ਮੇਰਾ ਜੀ ਕਰਦਾ ਮੈਂ ਥੋੜੀਆਂ ਮਾਰ ਮਾਰੋ ਪੌੜੀਆਂ ਹੀ ਭੰਨ ਦੇਣ ਜਿੱਥੋਂ ਤੁਸੀਂ ਡਿੱਗੇ ਸੀ ਮਾਮਾ ਜੀ ਜੇ ਤੁਸੀਂ ਸਾਡੀਆਂ ਪੌੜੀਆਂ ਹੀ ਭੰਨਤੀਆਂ ਸਾਡੇ ਭੂਆ ਜੀ ਉੱਪਰ ਚੜਨਗੇ ਕਿੱਥੋਂ ਬੈਂਕਾਕ ਆ ਗਈ ਪਰ ਅਕਲ ਨਹੀਂ ਆਈ ਹਾਂਜੀ ਇਹਨੂੰ ਕਹਿ ਰਿਹਾ ਓਏ ਕਮਲੀਏ ਅੱਜ ਕੱਲ੍ਹ ਲੋਕੀ ਉੱਪਰ ਚੜਨ ਲਈ ਪੌੜੀ ਦਾ ਇਸਤੇਮਾਲ ਘੱਟ ਕਰਦੇ ਆ ਘੋੜੀ ਦਾ ਵੱਧ ਕਰਦੇ ਆ ਲੱਗੀਆਂ ਗੱਲਾਂ ਮਾਰਨ ਤੁਸੀਂ ਦੱਸੋ ਜੀ ਦਰਦ ਕਿੱਥੇ ਹੋ ਰਿਹਾ ਉੱਥੇ ਇੱਥੇ ਥੋੜਾ ਉੱਤੇ ਇੱਥੇ ਥੋੜਾ ਹੋਰ ਉੱਤੇ ਤੂੰ ਬਾਹਰ ਚੱਲ ਮਾਮਾ ਜੀ ਜੇ ਤੁਹਾਡੀ ਗੱਲ ਸਮਝ ਨਹੀਂ ਉੱਤਰ ਰਹੀ ਤਾਂ ਮੈਂ ਸ਼ਮਸ਼ੇਰ ਜੀ ਨੂੰ ਬੁਲਾਵਾਂ ਉਹ ਤੋਂ ਆਪਣੇ ਉਤਰੇ ਮੁੱਢ ਤਾਂ ਸਾਲਾਂ ਤੋਂ ਚਾਹ ਨਹੀਂ ਹੋਏ ਹੈ ਤੱਕ ਲੋਕਾਂ ਦੇ ਹੱਡ ਗੋਡੇ ਚਾੜ ਦੂਗਾ ਨਾਲੇ ਇੱਕ ਗੱਲ ਨਾ ਭੁੱਲੀ ਜਿਹਦਾ ਗੰਨਾ ਉਹਦੀ ਉਹ ਭੇਲੀ ਜਿਹਨੇ ਪੱਟ ਲਈ ਸਮਝ ਲਾਉਂਦੀ ਹੈ ਸਹੇਲੀ ਮਤਲਬ ਅੱਬਾ ਮੇਰਾ ਮਤਲਬ ਤੂੰ ਬਹੁਤ ਗਿਆ ਸਲਾਹ ਨਾ ਦੇ ਅੰਦਰੋਂ ਲਿਆ ਕੇ ਹਲਦੀ ਵਾਲਾ ਦੁੱਧ ਦੇ ਠੀਕ ਹੈ ਜੀ ਬਟ ਆਈ ਡੋਂਟ ਲਾਈਕ ਦੁੱਧ ਚੱਲ ਕੱਲੀ ਹਲਦੀ ਲਿਆ ਦੇ ਸ਼ੁੱਧ ਤੇਰੇ ਯਾਰ ਨੂੰ ਤਾਂ ਨੰਗ ਪਾਉਣੇ ਦਾ ਚੜ ਗਿਆ ਬੁਖਾਰ ਭੱਲੀਏ ਓਏ ਹੋਏ ਹੋਏ ਓ ਬੱਲੇ ਪ੍ਰੀਤੋ ਜੀ ਕਰੋ ਮੂੰਹ ਮਿੱਠਾ ਜੀ ਮੈਂ ਕਿ ਕਿਸ ਖੁਸ਼ੀ ਚ ਸ਼ਮਸ਼ੇਰ ਸਿੰਘ ਜੀ ਤੁਸੀਂ ਮੇਰਾ ਮੂੰਹ ਮਿੱਠਾ ਕਰਾ ਰਹੇ ਹੋ ਵੈਸੇ ਓ ਪਰੇ ਹੋ ਤੇ ਚੜਦੀ ਜਾਨੀ ਐ ਏਦਾਂ ਪੀਆਰ ਨਹੀਂ ਮਿਲਦੀ ਓ ਸਾਡੇ ਘਰ ਭਤੀਜਾ ਜੰਮਿਆ ਮੈਂ ਚਾਚਾ ਬਣ ਗਿਆ ਉਹਦੀ ਖੁਸ਼ੀ ਚ ਮੂੰਹ ਮਿੱਠਾ ਕਰਾਉਣਾ ਲੋਕਾਂ ਦੇ ਨਿਆਣੇ ਜੰਮਣ ਦੀ ਖੁਸ਼ੀ ਮਨਾਈ ਜਾਈ ਕਦੇ ਆਪਣੇ ਵਿਆਹ ਬਾਰੇ ਨਾ ਸੋਚੀ ਕੀ ਕਹਿਣਾ ਚਾਹੁੰਦੀ ਐ ਤੂੰ ਹਾਂ ਕਹਿਣਾ ਇਹ ਚਾਹੁੰਦੀ ਆ ਉਹ ਜਿਸ ਨਾਗਮਣੀ ਦੇ ਪਿੱਛੇ ਤੂੰ ਤੁਰਿਆ ਫਿਰਦਾ ਨਾ ਉਹ ਕਿਸੇ ਹੋਰ ਜੋਗੀ ਦੀ ਝੋਲੀ 'ਚ ਡਿੱਗੀ ਹਾਂ ਬੋਲੀ ਤਾਂ ਦੱਸਾਂ ਮੈਂ ਮੇਰੀ ਤੇ ਯਕੀਨ ਨਹੀਂ ਆਉਂਦਾ ਨਾ ਤਾਂ ਜਾ ਕੇ ਦੇਖ ਲੈ ਉਸ ਕਮਰੇ ਦੇ ਵਿੱਚ ਦੇਖ ਸਾਲਾ ਕਿੱਦਾਂ ਪੈਰਾਂ 'ਚ ਲਿਪਟਿਆ ਪਿਆ ਜਿਵੇਂ ਝੋਨੇ ਨੂੰ ਪੱਤਾ ਲਪੇਟ ਸੁੰਦੀ ਪੈਂਦੀ ਆ ਓ ਬ੍ਰਹਮਪੁਰੀਆ ਆ ਕੀ ਸੀਨ ਓਏ ਸੀਨ ਤਾਂ ਤੈਨੂੰ ਮੈਂ ਬਾਅਦ ਸਮਝਾ ਦੂੰ ਪਹਿਲਾਂ ਅੱਜ ਮੈਂ ਤੈਨੂੰ ਆਪਣਾ ਨਾਮ ਚੰਗੀ ਤਰ੍ਹਾਂ ਸਮਝਾ ਦਵਾਂ ਤੂੰ ਮੇਰੇ ਇੰਨੇ ਨਾਮ ਬਦਲਿਆ ਇੰਨੇ ਨਾਮ ਬਦਲਿਆ ਹੁਣ ਮੈਨੂੰ ਖੁਦ ਨੂੰ ਚੇਤਾ ਭੁੱਲ ਗਿਆ ਮੇਰਾ ਅਸਲੀ ਨਾਮ ਕੀ ਆ ਆਏ ਬਸ ਕਰ ਓਏ ਬੰਦ ਕਰ ਆਪਣਾ ਡਰਾਮਾ ਸਾਨੂੰ ਨਹੀਂ ਚਾਹੀਦਾ ਤੇਰਾ ਲੁੱਚਾ ਗਾਉਣਾ ਵਜਾਉਣਾ ਆਪਣਾ ਟੈਂਡ ਫੋੜੀ ਚੱਕੋ ਤਿੱਤਰ ਹੋਵਾ ਇੱਥੋਂ ਇਹ ਕੀ ਹੋ ਰਿਹਾ ਮੈਮ ਸਾਨੂੰ ਤਿੱਤਰ ਹੋਣ ਨੂੰ ਕਹਿ ਰਿਹਾ ਇੱਥੋਂ ਸ਼ਮਸ਼ੇਰ ਜੀ ਤੁਸੀਂ ਕੌਣ ਹੁੰਦੇ ਨਾਲ ਤਿੱਤਰ ਕਰਨ ਵਾਲੇ ਖਬਰਦਾਰ ਜੇ ਫੁੰਮਣ ਜੀ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤਾਂ ਕਮਾਲ ਕਰਦੇ ਆ ਮੈਡਮ ਤੁਸੀਂ ਉਹ ਸ਼ਬਦ ਨੂੰ ਅੰਜਾਮ ਦੇ ਜਾਣ ਦਿਆ ਮੈਂ ਇੱਕ ਸ਼ਬਦ ਨਾ ਬੋਲਾਂ ਮੈਂ ਟੱਟੂ ਦਾ ਮੈਨੇਜਰ ਆ ਸ਼ਮਸ਼ੇਰ ਜੀ ਮਾਈਂਡ ਯੋਰ ਲੈਂਗੁਏਜ ਤੁਹਾਨੂੰ ਪਤਾ ਵੀ ਹੈ ਫੁੰਮਣ ਜੀ ਇੱਥੇ ਕਿਉਂ ਹੈ ਪਤਾ ਨਹੀਂ ਕੱਲ ਰਾਤ ਮੈਂ ਪੌੜੀਆਂ ਤੋਂ ਡਿੱਗ ਗਈ ਸੀ ਮੇਰੇ ਮੋਚ ਆ ਗਈ ਫੁੰਮਣ ਜੀ ਮੈਨੂੰ ਆਪ ਚੁੱਕ ਕੇ ਬੈਡਰੂਮ ਤੱਕ ਲਿਆਏ ਨੇ ਚੁੱਕ ਕੇ ਹਾਂ ਤੇ ਸਾਰੀ ਰਾਤ ਮੇਰੀ ਸੇਵਾ ਕੀਤੀ ਹੈ ਸਾਰੀ ਰਾਤ ਸ਼ਟ ਅਪ ਅੱਛਾ ਫੇਰ ਠੀਕ ਆ ਮੈਂ ਸਮਝਿਆ ਕਰ ਘੰਟੇ ਕਿਤੋਂ ਇੱਥੇ ਆ ਦਰ ਫਿਟੇ ਮੂੰਹ ਤੇਰੇ ਓ ਮਾਈ ਗੋਡ ਸੈਂਡੀ ਜੀ ਕਮ ਔਨ ਥੈਂਕ ਯੂ ਤੁਸੀਂ ਕਿਉਂ ਆਪਣਾ ਬਲੱਡ ਪ੍ਰੈਸ਼ਰ ਵਧਾਉਂਦੇ ਹੋ ਇਹਦਾ ਸ਼ੁਕਰ ਹੈ ਕੀ ਜਾਣਨ ਇਨਸਾਨੀਅਤ ਕੀ ਹੁੰਦੀ ਹੈ ਓ ਮੈਡਮ ਖੜੇ ਹੋ ਗਏ ਨੇ ਹੱਥ ਛੱਡ ਦੇ ਹੁਣ ਸੇ ਸੌਰੀ ਟੂ ਹਿਮ ਸੌਰੀ ਮੈਂਸ਼ਨ ਮਸਟ ਯਾ ਨਾ ਮੈਡਮ ਡੋਨਟ ਟੱਚ ਸਟੂਪਿਡ ਕਰਾਲੀ ਬੇਇੱਜ਼ਤੀ ਅੰਦਰੋਂ ਪਿਆਰ ਕਰਦੀ ਆ ਓਏ ਪਹਾੜੀ ਕਾਂ ਕੀ ਜਾਣੇ ਪਿਆਰ ਦੀ ਪਹੇਲੀ ਇਹ ਤਾਂ ਜੀ ਨੇ ਪੱਟ ਲਈ ਸਮਝ ਲਾ ਆ ਬਹੁਤੇ ਦੰਦ ਜਾ ਨਾ ਕੱਢ ਤੂੰ ਸੱਪ ਤੇ ਨਿਓਲੇ ਦੀ ਕਿਤਾਬਾਂ 'ਚ ਲੜਾਈ ਪੜ੍ਹੀ ਹੋਣੀ ਆ ਹੁਣ ਤੈਨੂੰ ਮੈਂ ਦਿਖਾਉਂ ਨਿਓਲਾ ਸੱਪ ਦੇ ਦੰਦ ਕਿਵੇਂ ਭੰਨਦਾ Thank you.
ਮੈਂ ਹੁਣ ਲਾਉਣੇ ਟਾਈਗਰ ਨੂੰ ਟੈਲੀਫੋਨ। ਹਾਂਜੀ ਟਾਈਗਰ ਸਾਹਿਬ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਹੌਲੀ ਬੋਲ ਭਾਈ ਸਾਹਿਬ, ਸੁੱਤੇ ਪਏ ਨੇ, ਤੇਰੀ ਆਵਾਜ਼ ਫੋਨ ਚੋਂ ਬਾਹਰ ਜਾਂਦੀ ਆ। ਉਹ ਮਾੜਾ ਜਿਹਾ ਜਗਾ ਦੇ ਯਾਰ, ਉਹ ਤੇਰੇ ਦਿਮਾਗ ਨੂੰ ਉਸਤਾ ਨਹੀਂ ਪੈ ਗਿਆ, ਜਗਾ ਦਿਓ। ਇੱਕ ਵਾਰੀ ਕਾਂ ਨੇ ਕਾਂ ਕਾਂ ਕਰਕੇ ਭਾਈ ਸਾਹਿਬ ਨੂੰ ਉਠਾਤਾ ਸੀਗਾ, ਤੇ ਭਾਈ ਸਾਹਿਬ ਨੇ ਉੱਠ ਕੇ ਕਾਂ ਹੀ ਡਾਤਾ ਸੀਗਾ ਬਾਅਦ 'ਚ। ਉਹ ਯਾਰ, ਚਾਹੇ ਚਿੜੀ ਮਾਰੋ, ਚਾਹੇ ਕਾਂ ਮਾਰੋ, ਚਾਹੇ ਤੋਤਾ ਮਾਰੋ, ਤੁਸੀਂ ਮੈਨੂੰ ਐਂ ਦੱਸੋ ਬਾਈ, ਟਾਈਗਰ ਸਾਹਿਬ ਨਾਲ ਮੁਲਾਕਾਤ ਕਦੋਂ ਹੋ ਸਕਦੀ ਹੈ? ਅੱਜ ਤੇ ਪੋਸੀਬਲ ਨਹੀਂ ਹੈਗਾ, ਕੱਲ੍ਹ ਡੈਮ 'ਤੇ ਹੋਣਾ ਭਾਜੀ ਹੋਣਾ ਲੰਚ ਕਰਨ, ਉੱਥੇ ਆ ਜਾਓ। ਠੀਕ ਆ, ਫਿਰ ਆਪਾਂ ਡੈਮ 'ਤੇ ਮਿਲਦੇ ਹਾਂ ਟਾਈਗਰ ਸਾਹਿਬ ਨੂੰ। ਕਿੱਧਰ ਮੂੰਹ ਚੁੱਕਿਆ ਹੋਏ? ਇਹ ਤਾਂ ਨਹੀਂ ਚੀਤਾ ਲੱਗਦਾ, ਇਹ ਤਾਂ ਆਪਣੇ ਸੜਨ ਨੂੰ ਹੀ ਫਿਰਦਾ। ਭਾਈ ਸਾਹਿਬ, ਚੀਤਾ ਸਾਹਿਬ ਨੂੰ ਮਿਲਣਾ ਸੀ। ਚੀਤਾ ਸਾਹਿਬ, ਉਹ ਕੌਣ ਆ? ਆਹ ਕੋਈ ਲੱਤਾ ਭੰਨਣਾ ਹੋਣਾ, ਤੁਹਾਡਾ ਕੋਈ ਬੌਸ? ਉਹ ਅਗਲ ਨੂੰ ਹੱਥ ਮਾਰ, ਟਾਈਗਰ ਆ ਭਾਈ ਸਾਹਿਬ ਦਾ ਨਾਂ। ਆਹ ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸੀ ਨਾ ਨਵਾਜ਼ ਸ਼ਰੀਫ, ਉਹਨੇ ਗਲਤ ਨਾਂ ਲੈਤਾ ਸੀ ਭਾਜੀ ਦਾ, ਤੇ ਭਾਜੀ ਨੇ ਗਵਰਨਰੀ ਰਾਜ ਕਰਾ ਕੇ ਦੇਸ਼ ਨਿਕਾਲਾ ਕਰਾਤਾ ਸੀ ਉਹਨੂੰ। ਉਹ ਯਾਰ, ਮੈਂ ਇਲੈਕਸ਼ਨ ਲੜਨੀ ਆ, ਮੈਂ ਤਾਂ ਬੰਦੇ ਦੀਆਂ ਲੱਤਾਂ ਬਣਾਉਣੀ ਆ। ਹਾਂ, ਕਿੱਥੇ ਆ? ਹੌਲੀ ਬੋਲ, ਇੰਨੀ ਉੱਚੀ ਨਾ ਬੋਲ। ਭਾਈ ਸਾਹਿਬ ਦੀ ਗਰਲਫ੍ਰੈਂਡ ਨੇ ਇੱਕ ਵਾਰੀ ਉੱਚੀ ਆਵਾਜ਼ 'ਚ ਗੱਲ ਕੀਤੀ ਸੀ ਭਾਈ ਸਾਹਿਬ ਨਾਲ, ਭਾਈ ਸਾਹਿਬ ਨੇ ਕਰਜ ਕੱਢੀ ਮਾਰਤੀ ਹੋਏ। ਨਹੀਂ, ਉਹਦੀ ਬਾਂਹ 'ਤੇ ਲਿਖਤਾ ਸਪੀਕ ਸਲੋ। ਉਹ ਛੋਟੇ ਭਾਈ, ਐਡੀ ਗੱਲ ਨਹੀਂ ਜਿੱਡਾ ਖਿਲਾਰਾ ਪਾ ਕੇ ਦੱਸੀ ਹੈ ਨਾ। ਮੈਨੂੰ ਲੱਗਦਾ ਜਿੱਦਾਂ ਨਾ ਟਾਈਗਰ ਨੇ ਬੰਦਾ ਰੱਖਿਆ, ਇਹਨੇ ਆਪਣਾ ਨੁਕਸਾਨ ਕਰਾ ਲੈਣਾ। ਹੌਲੀ ਹੌਲੀ, ਪੈਰਾਂ ਦੀ ਆਵਾਜ਼ ਨਾ ਹੋਵੇ, ਭਾਈ ਸਾਹਿਬ ਬਹੁਤ ਬੁਰਾ ਮਨਾਉਂਦੇ ਨੇ। ਚੀਤਾ ਆਪਣੇ ਟਾਈਗਰ, ਟਾਈਗਰ ਸਾਹਿਬ ਸਤਿ ਸ਼੍ਰੀ ਅਕਾਲ। ਆ ਗਿਆ ਉਹ ਤੂੰ? ਹਾਂਜੀ, ਚੱਲ ਕੰਮ ਦੱਸ। ਕਾਕਾ, ਸਾਡੇ ਕੋਲ ਟਾਈਮ ਬਹੁਤ ਘੱਟ ਆ ਤੇ ਕੰਮ ਬਹੁਤ ਜ਼ਿਆਦਾ ਆ। ਦੋ ਕੁ ਬੰਦੇ ਮਾਰਨੇ ਆ, ਇੱਕ ਬੈਂਕ ਲੁੱਟਣਾ ਤੇ ਇੱਕ ਨਿੱਕਾ ਜਿਹਾ ਬਲਾਸਟ ਬੈਂਕਾਕ ਬ੍ਰਿਜ ਤੇ ਕਰਨਾ ਆ। ਤੇ ਕਾਕਾ, ਪਿਸਤੌਲ ਤਾਂ ਗਰਮ ਹੋਣੀ ਆ, ਲੱਗਿਆ ਤਾਂ ਤੇਰਾ ਵੀ ਕੰਡਾ ਖਿੱਚ ਦੂੰਗੇ। ਉਹ ਨਹੀਂ, ਮੇਰਾ ਨਹੀਂ ਟਾਈਗਰ ਸਾਹਿਬ ਕੰਡਾ ਖਿੱਚਣਾ। ਮੈਂ ਤੁਹਾਨੂੰ ਦੱਸਦਾ, ਮੇਰੀ ਉਮਰ ਦਾ ਇੱਕ ਬੰਦਾ ਆ, ਫੁੰਮਣ ਸਿੰਘ, ਠੀਕ ਆ ਜੀ। ਉਹਦੀ ਬਸ ਸਿਰਫ ਆਪਾਂ ਧੂਆ ਘੜੀ ਸੀ ਕਰਾਉਣੀ, ਉਹਨੂੰ ਚੱਕਣਾ ਆ, ਠੀਕ ਆ ਜੀ। ਤੇ ਤੁਹਾਡੇ ਬੰਦੇ ਨੂੰ ਮੈਂ ਪੈਸੇ ਦੇ ਦਿੱਤੇ ਆ, ਲੋਕੇਸ਼ਨ ਮੈਂ ਦੱਸਤੀ ਆ, ਬਸ। ਚੱਲ ਕਾਕਾ, ਤੂੰ ਐਂ ਕਰ, ਤੂੰ ਸਮੁੰਦਰ ਦੀ ਠੰਡੀ ਠੰਡੀ ਹਵਾ ਲੈ ਤਾਂ ਗੋਰੀਆਂ ਦੇ ਨਜ਼ਾਰੇ ਲੁੱਟ। ਮੈਂ ਐਂ ਗਿਆ ਤੇ ਐਂ ਆਇਆ ਫੁੰਮਣ ਦੀ ਹਿੱਕ ਵਿੱਚ ਦੋ ਲੱਤਾਂ ਮਾਰ ਕੇ। ਅਸਮਾਨ ਤੋਂ ਗੜੇ ਡਿੱਗਦੇ ਦੇਖੇ, ਬਿਜਲੀ ਡਿੱਗਦੀ ਦੇਖੀ, ਪਰ ਬੰਦੇ ਵਰਗੀ ਚੀਜ਼ ਪਹਿਲੀ ਵਾਰ ਡਿੱਗਦੀ ਦੇਖੀ ਆ। ਇਹ ਤਾਂ ਸੱਚੀ ਦਾ ਬੰਦਾ ਹੈ, ਤੁਸੀਂ ਬੜੀ ਜ਼ੋਰ ਦੀ ਡਿੱਗੇ ਹੋ, ਤੁਸੀਂ ਠੀਕ ਤਾਂ ਹੋ ਨਾ? ਪ੍ਰੀਤਾ, ਹਲਦੀ ਵਾਲਾ ਦੁੱਧ ਲੈ ਕੇ ਆਈ, ਤੁਸੀਂ ਠੀਕ ਤਾਂ ਹੋ ਨਾ? ਤੁਹਾਡੀ ਲੱਗੀ ਤਾਂ ਨਹੀਂ? ਲੱਗੀ ਤਾਂ ਬਹੁਤ ਜ਼ੋਰ ਦੀ ਹੈ। ਪਰ ਇਹ ਹੋਇਆ ਕਿਵੇਂ? ਹਾਂ ਉਹ ਜੀ, ਮੈਂ ਤਾਂ ਦੁਸ਼ਮਣਾਂ ਦੀ ਕੋਈ ਚਾਲ ਲੱਗਦੀ ਹੈ। ਮੈਂ ਤਾਂ ਆਰਾਮ ਨਾਲ ਸਾਈਕਲ ਚਲਾਈ ਜਾਂਦਾ ਸੀ, ਪਤਾ ਨਹੀਂ ਸੜਕ ਤੇ ਕਿਸੇ ਨੇ ਬੰਬ ਲਾਇਆ ਹੋਇਆ ਸੀ। ਮੈਂ ਉੱਥੇ ਪਹੁੰਚਿਆ ਤੇ ਧੜਾਮ ਬੰਬ ਫੜ ਗਿਆ, ਤੇ ਮੈਂ ਜੀ ਇੱਥੇ। ਪਰ ਮੈਂ ਤਾਂ ਬੰਬ ਦੀ ਆਵਾਜ਼ ਸੁਣੀ ਨਹੀਂ ਜੀ। ਬੰਬ ਸਾਇਲੈਂਟ ਸੀ। ਬੰਬ ਵੀ ਸਾਇਲੈਂਟ ਹੁੰਦੇ ਆ? ਮੈਡਮ ਜੀ, ਹਾਂ, ਜਲਦੀ ਦੇ ਲਓ, ਦਿਓ, ਪੀਓ। ਪੀ ਤਾਂ ਰਿਹਾ। ਡ੍ਰਿੰਕ ਮਿਲਕ। ਜੀ ਹਾਂ ਜੀ, ਜਿੱਤ ਕੇ ਆ ਜੂੰਗਾ। ਚੁੱਬੀਆਂ ਆਏ ਤਲਾ ਦੇ ਕੰਡੇ। ਉਹ ਡੌਨ ਸਾਹਿਬ, ਤੁਹਾਨੂੰ ਕਿਸੇ ਦੀਆਂ ਪਸਲੀਆਂ ਭੰਨਣ ਵਾਸਤੇ ਭੇਜਿਆ ਸੀ, ਤੁਸੀਂ ਆਪ ਹੀ ਗੁੱਜੀਆਂ ਸੱਟਾਂ ਲਵਾ ਕੇ ਆ ਗਏ। ਤੁਸੀਂ ਡੌਨ ਟੱਟੂ ਦੇ ਉਹ ਜ਼ਬਾਨ ਨੂੰ ਲਗਾਉਂਦੇ ਹੋਏ, ਐਦਾਂ ਹੀ ਇੱਕ ਵਾਰੀ ਬੁਸ਼ ਬੋਲਿਆ ਸੀ ਭਾਜੀ ਨਾਲ ਔਖਾ ਹੋ ਗਏ, ਤੇ ਭਾਜੀ ਨੇ ਅਗਲੇ ਦਿਨ ਜਹਾਜ਼ ਭੇਜ ਕੇ ਤੇ ਵਰਲਡ ਟ੍ਰੇਡ ਸੈਂਟਰ ਦਾ ਬੇੜਾ ਗਰਕ ਕਰਤਾ ਸੀ। ਉਹ ਮੇਰੀ ਗੱਲ ਸੁਣੋ, ਉਹ ਤੂੰ ਇਹਦਾ ਬੰਦਾ ਹੁੰਦਾ ਨਾ, ਮੈਂ ਤੇਰੇ ਛਾਤੀ ਲੱਤਾਂ ਮਾਰੀ, ਤੈਨੂੰ ਦੱਸਾਂ ਉਹ ਤਾਂ ਕੰਮ ਲਦੇਨ ਨੇ ਕੀਤਾ ਸੀ। ਉਹ ਤੇ ਸਾਨੂੰ ਵੀ ਪਤਾ ਲਦੇਨ ਨੇ ਕੀਤਾ, ਲਦੇਨ ਪਹਿਲਾਂ ਸਾਡੀ ਟੀਮ 'ਚ ਹੀ ਕੰਮ ਕਰਦਾ ਸੀਗਾ ਤੇ ਉਹ ਕਰਵਾਇਆ ਭਾਈ ਸਾਹਿਬ ਨੇ ਸੀਗਾ, ਕ੍ਰੈਡਿਟ ਲਦੇਨ ਨੂੰ ਦਿੱਤਾ ਸੀ। ਉਹ ਤੂੰ ਟਾਈਗਰ ਹੋਣਾ ਨੂੰ ਕੀ ਸਮਝਿਆ? ਉਹ ਹਵਾ 'ਚ ਵੀ ਉਹ ਮਜਾਲ ਨਹੀਂ ਕਿ ਟਾਈਗਰ ਹੋਣਾ ਦੀ ਹਵਾ ਵੱਲ ਵੇਖ ਜਾਵੇ।
ਉਹ ਵੈਸੇ ਵੀ ਮੈਨੂੰ ਫੜਨ ਲਈ ਘੱਟੋ ਘੱਟ 5-7 ਹਜ਼ਾਰ ਬੰਦੇ ਦੀ ਲੋੜ ਹੁੰਦੀ ਹੈ ਉਹ ਚੱਪ ਮਾਰ ਕੇ ਤੂੰ ਬੈਠ ਨਹੀਂ ਸਕਦਾ ਗੱਪ ਮਾਰ ਲਗਾ ਤੂੰ ਸੰਗ ਨਹੀਂ ਕਰਦਾ ਇੰਨੇ ਬੰਦੇ ਦਾ ਥਾਈਲੈਂਡ ਦੀ ਪੁਲਿਸ ਵਿੱਚ ਹੈ ਨਹੀਂ ਹਾਂ ਉਹ ਤਾਈਓ ਤਾਂ ਟਾਈਗਰ ਹੋਰੀ ਆਈ ਚੋੜੇ ਹੋ ਕੇ ਤੁਰੇ ਫਿਰਦੇ ਆ ਉਹ ਇਹਨਾਂ ਕੋਲ ਇਹਨੇ ਬੰਦੇ ਹੀ ਹਨੀ ਉਹ ਫੜਨਗੇ ਕੀ ਸਾਨੂੰ ਉਹ ਚੱਲ ਛੱਡ ਯਾਰ ਜਿਹੜਾ ਤੁਹਾਨੂੰ ਕੰਮ ਕਰਨ ਲਈ ਭੇਜਿਆ ਸੀ ਉਹ ਹੋਇਆ ਕਿ ਨਹੀਂ ਉਹ ਕਾਕਾ ਕੰਮ ਤਾਂ ਹੋ ਗਿਆ ਪਰ ਤੇਰੇ ਵਾਲਾ ਨਹੀਂ ਮੇਰੇ ਵਾਲਾ ਹੋ ਗਿਆ ਹੀ ਉਹ ਕਿਵੇਂ ਮੈਂ ਸਮਝਿਆ ਨਹੀਂ ਉਸ ਦਿਨ ਜਦ ਮੈਂ ਉਧਰ ਗਿਆ ਨਾ ਮੇਰਾ ਪੈਰ ਕਿਤੇ ਅੜਿਆ ਤੇ ਮੈਂ ਡਿੱਗ ਪਿਆ ਉਹ ਮੈਨੂੰ ਇੱਕ ਬੜੀ ਸੋਹਣੀ ਜਿਹੀ ਕੁੜੀ ਨੇ ਸਹਾਰਾ ਦਿੱਤਾ ਓਏ ਉਹ ਮੇਰਾ ਪਸੀਨਾ ਪੂੰਝਿਆ ਉਹਨੇ ਆਪਣੇ ਨਰਮ ਨਰਮ ਹੱਥਾਂ ਨਾਲ ਮੈਨੂੰ ਹਲਦੀ ਵਾਲਾ ਦੁੱਧ ਪਿਆਇਆ ਕਾਕਾ ਹੋਏ 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 ਆਏ ਹੱਥ ਲਾਇਆ ਆਏ ਹੱਥ ਲਾਇਆ ਆਏ ਹੱਥ ਲਾਇਆ ਓਏ ਉਹ ਹੁਣ ਟਾਈਗਰ ਹੋਣਾ ਦੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈਗਾ ਉਸ ਕੁੜੀ ਨੂੰ ਆਪਣਾ ਬਣਾਉਣਾ ਉਹ ਵੱਖਰੀ ਗੱਲ ਆ ਡੌਨ ਸਾਹਿਬ ਤੁਹਾਨੂੰ ਪਿਆਰ ਹੋ ਗਿਆ ਪਿਆਰ ਦੇ ਚੱਕਰ ਚ ਹੁਣ ਆਪਾਂ ਕੰਮ ਥੋੜੀ ਬੰਦ ਕਰ ਲੈਣਾ ਪਿਆਰ ਤਾਂ ਸੋਹਣੀ ਨੇ ਵੀ ਕੀਤਾ ਹੀ ਇਹਦਾ ਮਤਲਬ ਇਹ ਥੋੜੀ ਕਿ ਉਹਨੇ ਘੜੇ ਬਣਾਉਣੇ ਬੰਦ ਕਰਤੇ ਬਸ ਬਸ ਹੁਣ ਜਿਹੜਾ ਭਾਈ ਸਾਹਿਬ ਦੇ ਵਿੱਚ ਆ ਹੁਣ ਤੇ ਮੰਜਾਈਲਾਂ ਡਿੱਗਣਗੀਆਂ ਉਹ ਛੋਟੇ ਵੀਰ ਤੂੰ ਕਿਰਪਾ ਕਰਿਆ ਕਰੋ ਏ ਭਾਈ ਸਾਹਿਬ ਤਾਂ ਜੇ ਗੋਲੀ ਦੀ ਗੱਲ ਕਰਦੇ ਮਾਮਾ ਤੂੰ ਨਿੱਕੀ ਨਿੱਕੀ ਗੱਲ ਤੇ ਮਜ਼ਾਲ ਕੱਢ ਕੇ ਬਹਿ ਜਾਣਾ ਉਹ ਕਾਕਾ ਹੁਣ ਮੇਰੇ ਤੇ ਉਸ ਕੁੜੀ ਦੇ ਪਿਆਰ ਦੇ ਵਿੱਚ ਜਿਹੜਾ ਵੀ ਆਇਆ ਨਾ ਉਹ ਭਾਵੇਂ ਉਹਦਾ ਘਰ ਵਾਲਾ ਹੋਵੇ ਜਾਂ ਉਹਦਾ ਆਸ਼ਿਕ ਉਹਦੀਆਂ ਹੱਡੀਆਂ ਦਾ ਸੁਰਮਾ ਨਾ ਬੈਂਕਾਕ ਦੀਆਂ ਗਲੀਆਂ ਵਿੱਚ ਵਿਕੂਗਾ ਹਾਲੇ ਤੱਕ ਜਨਾਬ ਹੁਣਾਂ ਨੇ ਕੋਈ ਤਿਆਰੀ ਨਹੀਂ ਕੀਤੀ ਪਰ ਬਾਹਰ ਤਾਂ ਤੁਹਾਡੇ ਬਰਥਡੇ ਦੀਆਂ ਪੂਰੀਆਂ ਤਿਆਰੀਆਂ ਚੱਲੀ ਜਾਂਦੀਆਂ ਖੈਰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਮੈਨੂੰ ਤੇਰੇ ਨਾਲ ਕੋਈ ਗਲਾ ਸ਼ਿਕਵਾ ਨਹੀਂ ਮੈਂ ਚਾਹੁੰਦਾ ਜੋ ਵੀ ਸਾਡੇ ਵਿੱਚ ਹੋਇਆ ਤੂੰ ਵੀ ਭੁੱਲ ਜਾ ਅੱਜ ਤੇਰਾ ਬਰਥਡੇ ਵੀ ਆ ਤੂੰ ਦੇਖੀ ਇਸ ਖੁਸ਼ੀ 'ਚ ਨੱਚ ਨੱਚ ਕੇ ਮੈਂ ਤੇਰੇ ਘਰ ਦੀਆਂ ਕੰਧਾਂ ਵੀ ਨੱਚਣ ਲਾ ਦੂੰਗਾ ਵੈਸੇ ਨੱਚਣ ਗਾਉਣ ਦਾ ਅਰੇਂਜਮੈਂਟ ਤਾਂ ਮੈਂ ਪਹਿਲਾਂ ਹੀ ਕਰ ਲਿੱਤਾ ਹੈ ਵੈਸੇ ਹੈ ਕੌਣ ਆ ਉਹ ਤਾਂ ਤੈਨੂੰ ਆਪੇ ਹੀ ਪਤਾ ਚੱਲ ਜਾਊਗਾ ਕੀ ਹਾਲ ਆ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕਿਦਾਂ ਹੋਰ ਕਿਵੇਂ ਬਾਈ ਆਲ ਗੁੱਡ ਬਹੁਤ ਵਧੀਆ ਬਸ ਵਧੀਆ ਓ ਮਾਈ ਡਾਰਲਿੰਗ ਹਾਈ ਐਵਰੀਵਨ ਮੀਟ ਮਾਈ ਲਵ ਮਾਈ ਲਾਈਫ ਮਾਈ ਐਵਰੀਥਿੰਗ ਹਨੀ ਚਲੀ ਯਾ ਕਮ ਆਈਲ ਸੀ ਯੂ ਹਨੀ ਇਹ ਰਾਂਝਾ ਜਸਟ ਮਿਊਜ਼ਿਕ ਟੀਚਰ ਐਂਡ ਮਿਸਟਰ ਰਾਂਝਾ ਇਹ ਹੈ ਹਨੀ ਮਾਈ ਲਵ ਇਹ ਵੀ ਬਹੁਤ ਵਧੀਆ ਗਾਉਂਦੇ ਆ ਮੇਰਾ ਦਿਲ ਵੀ ਹੈ ਤੇਰਾ ਮੇਰੀ ਜਾਨ ਵੀ ਹੈ ਤੇਰੀ ਮੈਨੂੰ ਸਮਝ ਨਾ ਕਦੇ ਵੀ ਬੇਗਾਨਾ ਸੋਹਣੀਏ ਨੀ ਮੈਂ ਤੇਰੇ ਲਈ ਛੱਡ ਦੂੰ ਜ਼ਮਾਨਾ ਸੋਹਣੀਏ ਮੇਰਾ ਦਿਲ ਵੀ ਤੇਰਾ ਹਾਂ ਮੇਰੀ ਜਾਨ ਵੀ ਤੇਰੀ ਤੈਨੂੰ ਸਮਝਿਆ ਕਦੇ ਤਾ ਜ਼ਮਾਨਾ ਸੋਹਣਿਆ ਓ ਚੱਲ ਦੇ ਗੰਡਾ ਸਿਆਂ ਦੇ ਦੰਦ ਪੋੜ ਦੂੰ ਦੇ ਗੰਡਾ ਸਿਆਂ ਦੇ ਦੰਦ ਪੋੜ ਦੂ ਨੀ ਮੈਂ ਤੇਰੇ ਵੱਲ ਆਉਂਦੇ ਜਿਹੜੇ ਹੱਥ ਮੋੜ ਦੂ ਚੰਗੇ ਸਾਧ ਜਿੰਨਾ ਜ਼ੋਰ ਵਿੱਚ ਜੱਤ ਦੇ ਨੀ ਇੱਕ ਪਾਸੇ ਲਾ ਦੂ ਦੁਨੀਆ ਨੀ ਕਿਹੜੀ ਗੱਲ ਦਾ ਤੂੰ ਵਹਿਮ ਰੱਖੀ ਫਿਰਦੀ ਨੀ ਗੱਭਰੂ ਹਲਾ ਦੂ ਦੁਨੀਆ ਨੀ ਕਿਹੜੀ ਗੱਲ ਦਾ ਗੱਲ ਦਾ ਤੂੰ ਵਹਿਮ ਰੱਖੀ ਫਿਰਦੀ ਨੀ ਗੱਭਰੂ ਹਲਾ ਦੂ ਦੁਨੀਆ ਅਮਰੀਕਾ ਦੇ ਸਖਤ ਬੜਾ ਏ ਠਾਠ ਬਾਠ ਫੁੱਲੇ ਉੱਤੋਂ ਤਖਤ ਬੜਾ ਏ
वागे अमरीका दे सख्त बड़ाए ठाठ बाठ फुल उतो तख्त बड़ाए केरा करता सही तू यस जट नू नी तेनू भी कमा दू दुनिया नी केड़ी गल दा तू वहम रखी फिर दी नी कबरू हला दू दुनिया नी केड़ी गल दा ਮਾਡਲਾਂ ਦੇ ਜਿੰਨਾ ਰੋਲ ਜੱਟ ਦਾ ਤੋਪ ਦੇ ਖੜਾਕ ਜਿਹਾ ਬੋਲ ਜੱਟ ਦਾ ਓ ਰੋਲ ਮਾਡਲਾਂ ਦੇ ਜਿੰਨਾ ਰੋਲ ਜੱਟ ਦਾ ਤੋਪ ਦੇ ਖੜਾਕ ਜਿਹਾ ਬੋਲ ਜੱਟ ਦਾ ਗੀਤ ਲਿਖਿਆ ਜੋ ਹੈਪੀ ਰਾਏ ਕੋਟੀ ਨੇ ਨੀ ਚੱਕਰਾਂ ਚ ਪਾ ਦੂ ਦੁਨੀਆ ਨੀ ਕਿਹੜੀ ਗੱਲ ਦਾ ਗੱਲ ਦਾ ਤੂੰ ਵਹਿਮ ਰੱਖੀ ਫਿਰਦੀ ਨੀ ਗੱਭਰੂ ਹਲਾ ਦੂ ਦੁਨੀਆ ਨੀ ਕਿਹੜੀ ਗੱਲ ਦਾ ਲੋਕਾਂ ਦੀ ਭੀਖ ਮੰਗਣ ਦੀ ਆਦਤ ਗਈ ਨਹੀਂ ਹਜੇ ਜਾਏਗੀ ਵੀ ਕਿਵੇਂ ਬਿਕਾਜ਼ ਯੂ ਇੰਡੀਅਨਸ ਨੋ ਓਨਲੀ ਮਿਸਟਰ ਕੰਮ ਨਾ ਆਪਣੀ ਔਕਾਤ 'ਚ ਰਹਿ ਕੇ ਕੀਤਾ ਜਾਂਦਾ ਤੇ ਤੈਨੂੰ ਤੇਰੀ ਔਕਾਤ ਦਿਖਾਉਣ ਲਈ ਮੈਂ ਤੈਨੂੰ ਜਾਣ ਬੁੱਝ ਕੇ ਆਪਣਾ ਮਿਊਜ਼ਿਕ ਟੀਚਰ ਰੱਖਿਆ ਸੀ ਆਪਣੇ ਤੇ ਮੇਰੇ 'ਚ ਡਿਫਰੈਂਸ ਤਾਂ ਦੇਖ ਧਰਤੀ ਤੇ ਰਹਿ ਕੇ ਜਾਨੂੰ ਜੱਫੇ ਨਹੀਂ ਮਾਰੀ ਦੇ ਦੋਸਤੀ ਉਹ ਵੀ ਤੇਰੇ ਨਾਲ ਦੋਸਤ ਇਹਨੂੰ ਕਹਿੰਦੇ ਆ ਸਟਾਈਲਿਸ਼ ਡੈਸ਼ਿੰਗ ਰਿਚ ਜਿਹਨੂੰ ਦੁਨੀਆ ਜਾਣਦੀ ਹੈ ਜਿਹੜੇ ਤੂੰ ਸੁਪਨੇ ਆਪਣੀ ਇਹਨਾਂ ਅੱਖਾਂ ਵਿੱਚ ਸਜਾ ਕੇ ਬੈਠਾ ਹੈ ਨਾ ਉਹ ਅਗਲੇ 7 ਜਨਮਾਂ ਤੱਕ ਪੂਰੇ ਨਹੀਂ ਹੋਣੇ ਕਿਉਂਕਿ ਸਮੁੰਦਰ ਦੇ ਮੋਤੀ ਹੰਸਾਂ ਨੂੰ ਨਸੀਬ ਹੁੰਦੇ ਹੈ ਨਾ ਕਿ ਕਾਵਾਂ ਨੂੰ ਹੈਪੀ ਬਰਥਡੇ ਜੂਲੀਅਟ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੈਸੇ ਮੈਂ ਤੁਹਾਨੂੰ ਡਿਸਟਰਬ ਤਾਂ ਨਹੀਂ ਸੀ ਕਰਨਾ ਚਾਹੁੰਦਾ ਪਰ ਇਹ ਗੱਲ ਹੀ ਐਸੀ ਹੈ ਕਿ ਤੁਹਾਨੂੰ ਸਭ ਨੂੰ ਜਾਣਨਾ ਇਹ ਜ਼ਰੂਰੀ ਸੀਗਾ ਤੁਹਾਡੇ ਪਾਪਾ ਨੇ ਮਰਨ ਤੋਂ ਪਹਿਲਾਂ ਇੱਕ ਡੀਡ ਬਣਾਈ ਸੀਗੀ ਕਿਹੜੀ ਡੀਡ ਸਾਨੂੰ ਤਾਂ ਕਿਸੇ ਡੀਡ ਬਾਰੇ ਪਤਾ ਹੀ ਨਹੀਂ ਉਹੀ ਦੱਸਣ ਆਇਆ ਸੈਂਡੀ ਜੀ ਇਸ ਡੀਡ ਦੇ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਕਿ ਜਦੋਂ ਜੂਲੀਅਟ 21 ਸਾਲ ਦੀ ਹੋ ਜਾਏਗੀ ਉਦੋਂ ਇਹਨੂੰ ਇੱਕ ਪੰਜਾਬੀ ਦੇਸੀ ਮੁੰਡੇ ਨਾਲ ਵਿਆਹ ਕਰਾਉਣਾ ਪਏਗਾ ਅਤੇ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਉਸ ਮੁੰਡੇ ਦੀ ਹੋਏਗੀ ਉਸ ਦੀ ਮਰਜ਼ੀ ਤੋਂ ਬਿਨਾਂ ਜੂਲੀਅਟ ਨੂੰ ਕੁਛ ਵੀ ਨਹੀਂ ਮਿਲ ਸਕਦਾ ਵਾਟ ਨੌਨਸੈਂਸ ਨੌਨਸੈਂਸ ਨਹੀਂ ਬੇਟਾ ਇਸ ਡੀਡ ਦੇ ਲਿਖਣ ਦੇ ਪਿੱਛੇ ਤੁਹਾਡੇ ਪਾਪਾ ਦੀ ਸੈਂਸ ਸੀ ਜਿਵੇਂ ਉਹਨਾਂ ਨੇ ਇੱਕ ਦੇਸੀ ਕੁੜੀ ਨਾਲ ਵਿਆਹ ਕਰਵਾਇਆ ਸੀ ਤੁਸੀਂ ਵੀ ਕਿਸੇ ਦੇਸੀ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਓ ਕਿਉਂਕਿ ਪੰਜਾਬੀਆਂ ਦੀ ਇੱਕ ਖਾਸੀਅਤ ਹੁੰਦੀ ਹੈ ਇਹ ਕੁਆਲਿਟੀ ਹੁੰਦੀ ਹੈ ਕਿ ਉਹ ਜ਼ਿੰਦਗੀ ਭਰ ਸਾਥ ਨਿਭਾਉਂਦੇ ਨੇ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਹੈ ਨਹੀਂ ਐਵੇਂ ਹੀ ਹੋਣਾ ਦਿਸ ਇਜ਼ ਬੁਲਸ਼ਿਟ ਔਰ ਐਵੇਂ ਨਾ ਹੋਣ ਦੀ ਸੂਰਤ ਦੇ ਵਿੱਚ ਕਿਉਂਕਿ ਇਸ ਡੀਡ ਦੇ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਹੈ ਕਿ ਸਾਰੀ ਜਾਇਦਾਦ ਚੈਰਿਟੀ ਨੂੰ ਚਲੀ ਜਾਏਗੀ ਇਹ ਕੀ ਕਹਿ ਰਹੇ ਹੋ ਤੁਸੀਂ ਇਹ ਮੈਂ ਨਹੀਂ ਕਹਿ ਰਿਹਾ ਸੈਂਡੀ ਜੀ ਇਹ ਡੀਡ ਕਹਿ ਰਹੀ ਹੈ ਇਹ ਕੋਰਟ ਦੇ ਡਾਕੂਮੈਂਟਸ ਨੇ ਤੇ ਇਹਨੂੰ ਦੁਨੀਆ ਦੀ ਕੋਈ ਤਾਕਤ ਚੈਲੰਜ ਨਹੀਂ ਕਰ ਸਕਦੀ ਤੇ ਇਹਨੂੰ ਦੁਨੀਆ ਦੀ ਕੋਈ ਤਾਕਤ ਚੈਲੰਜ ਨਹੀਂ ਕਰ ਸਕਦੀ ਇਹਨੂੰ ਦੁਨੀਆ ਦੀ ਕੋਈ ਤਾਕਤ ਚੈਲੰਜ ਨਹੀਂ ਕਰ ਸਕਦੀ ਚੈਲੰਜ ਨਹੀਂ ਕਰ ਸਕਦੀ ਚੈਲੰਜ ਨਹੀਂ ਕਰ ਸਕਦੀ
बेबे तू मैनू जिस काम लई भेजा सी मैं वो नहीं कर सकया बेबे मैं हार गया बेबे तेनू मैं इत्थे हारने वास्ते नहीं सी भेजा नाले एक गल याद रखी जे तू अपनी मां दे दुध दा कर्ज मोड़ना है ना ते जेड़े काम वास्ते मैं तेनू भेजा ना वो काम कीते बिना वापस ना परती समझ गया ना तू मैं इत्थे नहीं रहना नहीं रहना बेबे मैं इत्थे नहीं रहना वैल मैं सारी डीड अच्छी तरह पढ़ ली मैंने अफसोस नाल कहना पै रहा है कुछ नहीं किया जा सकता पर सर कोई तो पॉसिबिलिटी होएगी नो मैडम ए उपर कोर्ट की मोर लग चुकी है ए खिलाफ कुछ भी नहीं किया जा सकता वकील साहब कोर्ट की मोहर तोड़न का कोई तो इलाज किया जा सकता है एक्सक्यूज मी मिस्टर जिनी थोड़ी उम्र है उस तो ज़्यादा मेरा एक्सपीरियंस है मैं पिछले 30 साल तो कोर्ट की सेवा कर रहा तो कदे भी कानून के खिलाफ नहीं गया How dare you speak to me like that? Both of you leave my office right now. Get out. मैं पूछ रहा है कि हो रहा है? चल मामा चलिए किथे जिथों आए सी की मुंह दिखाएगा पिंड जाके की दसेंगा अपनी मां नूं कि मैं मिशन अधूरा छड्या है ਉਹ ਐਡੀ ਜਲਦੀ ਹਥਿਆਰ ਸੁੱਟਤੇ ਹਥਿਆਰ ਤਾਂ ਮਾਮਾ ਮਹਾਭਾਰਤ 'ਚ ਇੱਕ ਵਾਰੀ ਅਰਜਨ ਨੇ ਵੀ ਸੁੱਟਤੇ ਸੀ ਉਹ ਯਾਰ ਉਹਦੇ ਹਥਿਆਰ ਤਾਂ ਕ੍ਰਿਸ਼ਨ ਜੀ ਦੇ ਗਿਆਨ ਦੇ ਕੇ ਦੁਆਰਾ ਚਕਾਤੇ ਸੀ ਮੈਂ ਤੇਰੇ ਕਿਵੇਂ ਚਕਾਵਾਂ ਐਕਸਕਿਊਜ਼ ਮੀ ਤੁਹਾਨੂੰ ਸੈਂਡੀ ਮੈਮ ਨੇ ਬੁਲਾਇਆ ਤੂੰ ਹੌਸਲਾ ਰੱਖ ਮੈਂ ਇਹਨਾਂ ਨਾਲ ਦੋ ਹਰਫੀ ਗੱਲ ਕਰਿਆ ਆ ਗਏ ਮੈਮ ਜ਼ਲੀਲ ਕਰਨ 'ਚ ਅਜੇ ਕੋਈ ਕਸਰ ਬਾਕੀ ਰਹਿ ਗਈ ਸੀ ਜਿਹੜਾ ਹੁਣ ਇੱਥੇ ਬੁਲਾਇਆ ਖੈਰ ਕੀ ਸੇਵਾ ਕਰ ਸਕਦੇ ਹਾਂ ਅਸੀਂ ਤੁਹਾਡੀ ਤੂੰ ਬਸ ਐਂ ਸਮਝ ਵੀ ਨਰਾਇਣ ਨੂੰ ਅੱਜ ਕੀੜੀ ਦੀ ਲੋੜ ਪੈ ਗਈ ਹੈ ਅੱਛਾ ਮਹਿਲਾਂ ਦੇ ਮਾਲਕਾਂ ਨੂੰ ਕੂਚੇ ਵਾਲਿਆਂ ਦੀ ਕਦੋਂ ਤੋਂ ਲੋੜ ਪੈਣ ਲੱਗ ਗਈ ਮੈਨੂੰ ਪਤਾ ਹੈ ਫੁੰਮਨ ਜੀ ਤੁਸੀਂ ਜੂਲੀਅਟ ਦੇ ਬਿਹੇਵੀਅਰ ਕਰਕੇ ਹਰਟ ਹੋਏ ਹੋ ਐਕਚੁਅਲੀ ਪ੍ਰਾਪਰ ਚਾਹੀਦੀ ਮੌਤ ਤੋਂ ਬਾਅਦ ਮੇਰੇ ਲਾਡ ਪਿਆਰ ਨੇ ਜੂਲੀਅਟ ਨੂੰ ਇੰਨਾ ਵਿਗਾੜ ਦਿੱਤਾ कि वो छोटे वड्डे दी तहजीब ही भुल गई जूलियट दी इस बदतमीजी लई मैं तुहाडे कोलों माफी मांगती हाँ वैसे भी कहंदे ने ना गुनाहगार नूं माफ करन वाला ज्यादा महान हुंदा है सेंड जी मैनूं तुसी होर शर्मिंदा ना करो जल्दी मुद्दे ते आओ एक्चुअली जूलियट दे पापा दी वसीयत दे मुताबिक जूलियट जदों 21 सालां दी होएगी ਤਾਂ ਉਸਨੂੰ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਕਿਸੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਨਾ ਪਏਗਾ ਨਹੀਂ ਤਾਂ ਸਾਰੀ ਦੀ ਸਾਰੀ ਪ੍ਰਾਪਰਟੀ ਕਿਸੇ ਟਰੱਸਟ ਦੇ ਨਾਂ ਚਲੀ ਜਾਏਗੀ ਪਰ ਅਸੀਂ ਮਾਤੜ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਉਹ ਕੜਮਾ ਹਜੇ ਵੀ ਨਹੀਂ ਸਮਝਿਆ ਸੈਂਡੀ ਜੀ ਰਾਂਝੇ ਨਾਲ ਰਿਸ਼ਤਾ ਕਰਨ ਨੂੰ ਕਹਿ ਰਹੇ ਆ ਨਹੀਂ 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 ਇਹ ਨਹੀਂ ਹੋ ਸਕਦਾ ਉਮਰ ਤਾਂ ਬਹੁਤ ਫਰਕ ਹੈ ਹਾਂ ਹਾਂ ਉਹ ਤੂੰ ਐਡਾ ਭੋਲਾ ਹੈ ਨਹੀਂ ਜਿੱਡਾ ਬਣ ਜਾਣਾ ਇਹ ਰਾਂਝੇ ਤੇ ਜੂਲੀਅਟ ਦੀ ਗੱਲ ਕਰ ਰਹੇ ਨੇ ਕਿੰਨਾ ਕੁ ਚਿਰ ਵੱਖ ਕਰ ਲਉਂਗੇ ਸ਼ਮਾਂ ਅਤੇ ਪਰਵਾਨੇ ਨੂੰ ਇੱਕ ਨਾ ਇੱਕ ਦਿਨ ਤਾਂ ਇੱਕ ਮਿਕ ਹੋਣਾ ਹੀ ਸੀ ਸੈਂਡੀ ਜੀ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ ਪਰ ਮੇਰੀ ਇੱਕ ਸ਼ਰਤ ਹੈ ਰਾਂਝੇ ਅਤੇ ਜੂਲੀਅਟ ਦੇ ਮਿਲਾਪ ਲਈ ਮਾਮੇ ਨੂੰ ਇੱਕ ਛੱਡ 100 ਸ਼ਰਤਾਂ ਮਨਜ਼ੂਰ ਨੇ ਵਸੀਅਤ ਵਿੱਚ ਇੱਕ ਕਲੌਜ਼ ਇਹ ਵੀ ਹੈ ਕਿ ਵਿਆਹ ਤੋਂ ਬਾਅਦ ਸਾਰੀ ਦੀ ਸਾਰੀ ਪ੍ਰਾਪਰਟੀ ਮੁੰਡੇ ਦੇ ਨਾਂ ਤੇ ਹੋ ਜਾਏਗੀ ਤੇ ਜੇ ਮੁੰਡਾ ਚਾਹੇ ਤਾਂ 6 ਮਹੀਨੇ ਬਾਅਦ ਉਹ ਪ੍ਰਾਪਰਟੀ ਕੁੜੀ ਦੇ ਨਾਂ ਤੇ ਕਰ ਸਕਦਾ ਹੈ ਇਸ ਕਰਕੇ ਰਾਂਝੇ ਨੂੰ 6 ਮਹੀਨੇ ਬਾਅਦ ਸਾਰੀ ਦੀ ਸਾਰੀ ਪ੍ਰਾਪਰਟੀ ਜੂਲੀਅਟ ਦੇ ਨਾਂ ਤੇ ਕਰਨੀ ਪਏਗੀ ਜੇ ਸਾਡੇ ਮੁਲਕ 'ਚ ਰਾਤੋ ਰਾਤ ਗਵਰਨਰੀ ਰਾਜ ਹੋ ਸਕਦਾ ਤਾਂ 6 ਮਹੀਨੇ ਦੇ ਅੰਦਰ ਅੰਦਰ ਰਾਂਝੇ ਤੋਂ ਜੂਲੀਅਟ ਦੇ ਦਿਲ ਤੇ ਰਾਜ ਨਹੀਂ ਹੋ ਸਾਨੂੰ ਇਹ ਵੀ ਸ਼ਰਤ ਮਨਜ਼ੂਰ ਹੈ ਥੈਂਕ ਯੂ ਬਹੁਤ ਬਹੁਤ ਮੁਬਾਰਕ ਸੈਂਡੀ ਜੀ ਥੈਂਕ ਯੂ ਸੋ ਮਚ ਹੈਲੋ ਬਾਦਸ਼ਾਹ ਬਣ ਕੇ 6 ਮਹੀਨੇ ਬਾਅਦ ਨੰਗ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਅਨੰਦਪੁਰੀਆ ਸਾਹਿਬ ਗੱਲ ਸੁਣੋ ਸਿਰ ਤੇ ਪਤੀਲੀ ਪੁੱਠੀ ਮਾਰਨ ਵਾਲੇ ਆ ਉਹ ਤੈਨੂੰ ਆ ਪਤੀਲੀ ਲੱਗਦੀ ਆ ਟੋਪੀ ਪਾਈ ਆ ਟੋਪੀ ਇਹੀ ਗੱਲ ਤਾਂ ਮੈਂ ਤੈਨੂੰ ਸਮਝਾਉਣੀ ਆ ਕਿ ਜਿਹੜੀ ਤੁਸੀਂ ਆ ਟੋਪੀ ਪਾਉਣ ਨੂੰ ਫਿਰਦੇ ਹੋ ਨਾ ਇਹ ਮੈਂ ਪਹਿਣ ਨਹੀਂ ਦੇਣੀ ਨਾਲੇ ਉਹ ਕਾਹਦੀ ਨਾਗਣ ਜਿਹੜੀ ਬੀਨ ਤੇ ਨਾ ਮੇਲੀ ਇੱਕ ਗੱਲ ਯਾਦ ਰੱਖੀ ਕਿ ਜਿਹਨੇ ਪੱਟ ਲਈ ਉਹਦੀ ਸਹੇਲੀ ਜਾ ਜਾ ਅੰਦਰ ਜਾ ਛਾਤੀ ਜਿਹਾ ਤਾਰਾ ਖਾ ਲਈ
एक ता साला पहेलियां भूल गई पा के उधर चल जाता। आर यू द ब्राइड? यस। प्लीज साइन हियर। हियर। आर यू द ब्राइडग्रूम? यस। प्लीज साइन हियर। कांग्रेचुलेशंस, यू आर मैरिड कपल नाउ। थैंक यू। मामा, स्विट्जरलैंड दो टिकटां बुक करा दे, हनीमून वास्ते उत्थे जाना। अच्छा, ठंड बहुत होंदी है। तू इत्थे ही करती है, तेरी तो सुहागरात है अज। हनी लीव मी। Let's have fun, baby. Leave me. उधर वो गवार सुहागरा दी सेठ से जाके बैठा है, ते तेनू इधर फन दी पाई है। Property वास्ते मैं 6 महीने ले व्याह की करा लेता, वो तो serious हो गया। पता नहीं की सुपने वेखन लग गया, पर शायद वो भूल गया कि मेरा नाम भी जूलियट है। जूलियट, हेलो। तू जिवें दीवी है पर है ते मेरी, ते मैं तेनू बहुत प्यार करदा। वो गल वक्री है कि मैं कदे इजहार नहीं किया, पर मैनू पूरा यकीन है कि एक दिन ऐसा आएगा जदों तू भी मैनू प्यार करेंगी, ते प्यार दे नाल इजहार भी करेंगी। सारी सारी रात गिना मैं तारे नी हाए, पल पल तेरी याद मैनू ठारे नी। सारी सारी रात गिना मैं तारे नी, ओ पल पल तेरी याद मैनू ठारे नी। असी तेनू सब कुछ हारे नी, ए मेरी अख दे कारे नी। मेरे नैन जागदे रहिंदे ने, मैनू प्यार हो गया लगदा ए। नैन जागदे रहिंदे ने, मैनू प्यार हो गया लगदा ए। मैनू प्यार हो गया, मैनू प्यार हो गया, मैनू प्यार हो गया लगदा ए। वेखा ना मुख तेरा, सो लगे मेरा दिन नी
दुख तेरा आशीष तेरे देरा फड़िए सदा रब जान दे की करिए इकरार हो गया लगदा है मेरे नैन जाग दे रहिंदे ने मैनू प्यार हो गया लगदा है नैन जाग दे रहिंदे ने मैनू प्यार हो गया लगदा है मैनू प्यार हो गया मैनू प्यार हो गया मैनू प्यार हो गया लगदा है तू अपनाया दौलत प्यारी नालों वद के दुनिया सारी नालों वद फनकार हो गया लगदा है मेरे नैन जाग दे रहिंदे ने मैनू प्यार हो गया लगदा है नैन जाग दे रहिंदे ने मैनू प्यार हो गया लगदा है मैनू प्यार हो गया मैनू प्यार हो गया मैनू प्यार हो गया लगदा है जनाब बस करा हुण तां पेज वी भर गया दूजा चक ल जद तक मेरा ना सही बोलना नहीं सिखदा उदों तक लिखी चल फुम्मण फिरोजपुरिया फुम्मण फिरोजपुरिया फुम्मण फिरोजपुरिया आ लो जनाब हो गया तुहाडा नाम चेते की नाम मेरा फुम्मण फिरोजपुरिया धरियो भैणू साला पिछला ठीक कीता मूहला बिगाड़ लिया प्रीतों दी बच्ची एथे की कर रही है मेरी चाह क्यों नहीं ले आई कमरे च ओ हेलो सर थोड़ा थले प्रीतों ने नहीं बनानी हुण सारे लई चाह तू बना के लेके आएंगी मैं हां तू नाले मिठा थोड़ा जा घट रखी आई यू मैड प्रीतों दे हुंदे मैं चाह बनाऊंगी नेवर बहुता चीख के बोलन दी लोड़ नहीं मैं ता पहले ही सारी रात नहीं सुता सारी रात नहीं सुता तैनू ता होश है कोई नहीं सी व्हाट डू यू मीन की मतलब है तेरा खड़ जा तैनू मतलब भी समझा देना तक्कले च ता वल रह जू पर तेरे च नहीं रहण दंदा जा चाह बना के लेके आ प्रीतो जी ओ तू फेर आ गई मैं ते ये पूछ रही सी कि लाइटर किथे है ओके जुआ मैनेजर दा फोन मिला भाई साहब फोन नहीं चुकया जी उन्हें तुसी हुकम करो हेलीकॉप्टर लेके जाना है ते लम्मी रस्सी पा के उन्हें मगर बन के रगड़दा 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 तुहाडे पैरां च लै आउणा जी रगड़ के लिया तो हेलीकॉप्टर की लोड़ है साले आ गल्लां लोकां सामने करिया करो मेरे सामने नहीं भाई साहब जो तुहाडा फोन नहीं चकदा ते असीं उहदा फोन चक लियाईए यही फर्क है थोड़े च ते मेरे च ओ कल्ला फोन ही नहीं चकना मैनेजर नूं भी चक लियाओ सैंडी जी भी अपनी मर्जी दी मालकण है अपना दिल करूँ तो पानी च तीन तीन घंटे चप मार के बैठी रहो ते अज जे मैं आके उहदी सीट ते बह गया हजे तक आउण दा नां नहीं लै रही काश जे पिछों आके मेरी अखां मीच लवे तां स्वाद ही आ जावे आए सैंडी जी मैं अखां मीचण नूं कहा सी तुसीं तां मेरे मूँह ते आए कपड़ा पाता जिवें मैनूं फांसी देनी हुंदी आ सैंडी विच झोटे जिन्ना जोर कित्थों आ गया ये तो साले दो जाने ने ओए किथे लैके चले जवाक नूं ओए किथे लै मैनूं लो उस्ताद जी जिन्हें तुहाडा फोन नहीं सी चुकिया चुक लिया अंदाजे तेरे करके टाइगर दे बंदियां दे अज सवा तेरा मिंट खराब हो गए ओ तू मेरा फोन क्यों नहीं चकिया ओ सालिया फोन तां मैं दस दूंगा क्यों नहीं चकिया पहले ये दस मैनूं क्यों चकिया ओ वल्ले ओ तेरे ओ अज पहली बार किसे ने टाइगर डॉन नूं गाल कढ़ी आ ओ भी साले दी ओ तेरी होए
तू तो मैंने सीधा साला ही कहता। साला कहना मैंने साला ना कहो, साले तेन साला ना कहिए, हो साले तेन साला कहिए। लै फड़ लो मखाने, तु एक गल नू रोई जाते जे, वो एको गल च सत्त वारी साला कह गया। ओ तेरी इन कि पता लग्या कि मेरिया सत्त भैन ने। मैं तो तेरी आवाज ही पछाण ली सी, तू सत्त भैन की गल कर दा। फवन फिरोजपुरी ने तोची जेब कतरे दियाँ सत्त पुश्तां बारे भी पता। अच्छा ते कल दा तोची जेब कतरा अज थाईलैंड टाइगर डाउन बनया बैठा। कला थाईलैंड नहीं, सिंगापुर मलेशिया इंडोनेशिया नु सर करके हुन डाउन होना दी तैयारी आस्ट्रेलिया ते न्यूजीलैंड वाल दी है। ओए खोपे अरगे सिर आलिया, आ पुठे कम छड, जिदा दी तेरी शक्ल आ टिकट टुकर ला के किसे डेरे दा महंत बन के बैठ। डाउन ते महंत अगे जुआ, दस जरा मेरे बारे च नु। भाई साहब जिथे खलो जाने उत्थे ही लैणा लग जांदियां ने। ए डायलॉग ता अमिताभ बच्चन दा। अमिताभ बच्चन जी भाई साहब नू फॉलो करदे ने, जदों लोकां नू काम पैंदा ना ते लोक दुबई वाले भाई साहब कोल जांदे ने, ते जदों दुबई वाले भाई साहब नू काम पैंदा ओह साडे टाइगर साहब कोल आउंदे ने। होर तां होर जिन्नी देर भाई साहब दुबई ना जाणना उन्नी देर सोने दा भाअ नहीं खुलदा। मैं तां सुणिया सोने दा भाअ अमरीका च खुलदा। ओह जिथों मर्जी खुलदा वे, सानू की लैणा देणा, पर भाई साहब आया दुबई जांदे ने। ऐनियां का बहुत ना, या होर सुणनियां नहीं डाउन दियां सिफतां? नहीं लग गया पता। वैसे भी सियाने कहंदे ने गंजे बंदे दियां तां जूआं ही नहीं माण हुंदियां, नाल दियां सहेलियां नूं कहंदियां हुंदियां भैणा कदे साडे घरे वी आए साडे मारबल लग गया। जे तू होर टीचर कीती ना ते मैं टक्कर मार के तेरी नकसीर भन दूं। वैसे तां टाइगर डाउन जिहदी सपारी लै लवे उहनूं छड्डदा नहीं, पर तेरी किस्मत चंगी आ। जदन शमशेर दे कहण ते मैं तेरा घुग्गा चित करन आया सी, उसे दिन मेरा चित किसी चित चोर ते आया सी। ਤੁਹਾਡੀ ਮੁਰਾਦ ਸੈਂਡੀ ਤੋਂ ਹੈ? ਫਾਰ ਯੂਅਰ ਕਾਈਂਡ ਇਨਫੋਰਮੇਸ਼ਨ, ਤੁਹਾਡੇ ਤੇ ਸੈਂਡੀ ਤੇ ਪਿਆਰ ਦਾ ਰੋੜਾ ਫੁੰਮਣ ਫਿਰੋਜ਼ਪੁਰੀਆ ਕੱਲਾ ਹੀ ਨਹੀਂ, ਇੱਕ ਛੋਟੀ ਜਿਹੀ ਰੋੜੀ ਹੋਰ ਵੀ ਆ, ਸ਼ਮਸ਼ੇਰ। ਟਾਈਗਰ ਤੇ ਸੈਂਡੀ ਦੇ ਵਿਚਕਾਰ ਜਿਹੜਾ ਆਊਗਾ ਸਮਝ ਲਓ ਢੇਰ। ਉਹ ਜੇ ਮੇਰੇ ਤੇ ਕਿਸੇ ਗੱਲ ਦਾ ਗੁੱਸਾ ਸੀ ਤੇ ਘਰੇ ਕੱਢ ਲੈਂਦਾ, ਇੱਥੇ ਮੈਨੂੰ ਕਿਉਂ ਸੱਦਿਆ ਮਕਬੂਲਪੁਰੀਆ ਸਾਹਿਬ? ਅੱਜ ਤੂੰ ਜਿੰਨੇ ਮੇਰੇ ਪੁੱਠੇ ਸਿੱਧੇ ਨਾਂ ਰੱਖਣੇ ਆ ਰੱਖ ਸਕਦਾ, ਮੈਂ ਬਿਲਕੁਲ ਮਾਇੰਡ ਨਹੀਂ ਕਰੂੰਗਾ ਸਕੂਲਾਂ 'ਚ ਜਵਾਕਾਂ ਨੂੰ ਗੋਲੇ ਵੇਚਣ ਵਾਲਿਆ। ਅੱਜ ਤੈਨੂੰ ਸਿਰਫ ਇਹ ਦੱਸਣ ਲਈ ਮੈਂ ਸੱਦਿਆ ਕਿ ਇੱਕ ਤੇ ਇੱਕ 11 ਹੁੰਦੇ ਆ। ਅਤੇ ਐਡੀ ਕਿੱਡੀ ਗੱਲ ਹੈ ਤਾਂ ਜਵਾਕਾਂ ਨੂੰ ਪਤਾ ਇੱਕ ਤੇ ਇੱਕ 11 ਹੁੰਦੇ ਆ? ਫਿਰ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਜਦੋਂ ਹੜ੍ਹ ਆਉਂਦੇ ਆ ਖੁੱਡਾਂ 'ਚ ਪਾਣੀ ਭਰ ਜਾਂਦਾ, ਫਿਰ ਸੱਪ ਅਤੇ ਨਿਓਲਾ ਆਪਸੀ ਦੁਸ਼ਮਣੀ ਭੁੱਲ ਕੇ ਕਿਸੇ ਉੱਚੇ ਪੱਥਰ 'ਤੇ ਜਾ ਕੇ ਬਹਿ ਜਾਂਦੇ ਆ ਕਿ ਆਪਸੀ ਲੜਾਈ ਕਦੇ ਫਿਰ ਲੜ ਲਾਂਗੇ, ਪਹਿਲਾਂ ਪਾਣੀ ਉੱਤਰ ਲੈਣ ਦੀ ਹੈ। ਇਹ ਤਾਂ ਮੈਨੂੰ ਪਤਾ ਤੇ ਸੱਪ ਕੌਣ ਹੈ ਨਿਆਲਾ ਕੌਣ ਹੈ, ਪਰ ਆਹ ਜਿਹੜਾ ਤੀਜਾ ਹੜ੍ਹ ਬਣ ਕੇ ਆਇਆ ਇਹ ਕੌਣ ਹੈ? ਤੀਸਰੇ ਦਾ ਨਾਂ ਟਾਈਗਰ ਤੋਚੀ, ਜਿਹਨੂੰ ਤੂੰ ਸੁਪਾਰੀ ਦਿੱਤੀ ਸੀ ਮੈਨੂੰ ਚੁੱਕਣ ਦੀ, ਪਰ ਹੁਣ ਉਹ ਮੇਰੇ ਨਾਲ ਦੁਸ਼ਮਣੀ ਭੁੱਲ ਚੁੱਕਿਆ, ਹੁਣ ਉਹਦਾ ਰੁੱਖ ਸੈਂਡੀ ਜੀ ਦੇ ਮੁੱਖ ਵੱਲ ਆ। ਸੈਂਡੀ ਵੱਲ? ਹਾਂ, ਦੇਖੀ ਕਿਤੇ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਬਾਜ਼ੀ ਨਾ ਮਾਰ ਜਾਵੇ। ਤਾਂ ਇਹ ਗੱਲ ਆ, ਸਾਡੀ ਬਿੱਲੀ ਸਾਨੂੰ ਮਿਆਉਂ, ਹੁਣ ਵੇਖੀ ਸ਼ਮਸ਼ੇਰ ਦੀਆਂ ਪਹੁੰਚਾਂ, ਇਹਨੂੰ ਮੈਂ ਕੁੱਤੇ ਠੀਕਰ ਪਾਣੀ ਪਿਆਉਂ, ਇੱਕ ਹਫ਼ਤੇ ਦੇ ਅੰਦਰ ਅੰਦਰ ਡਿਪੋਰਟ ਕਰਾਊਂ। ਉਸਤਾਦ ਜੀ ਉਹ ਛੱਡੋ ਬਾਦਸ਼ਾਹ ਦਾ ਖਹਿੜਾ, ਉਹ ਵੇਖੋ ਪੁਲਿਸ ਆ ਗਈ, ਜੇ ਰੇਡ ਹੋ ਗਈ ਆਪਣੇ ਅੱਡੇ ਤੇ ਭੱਜ ਲਓ। ਉਹ ਸੁਈ ਮੁਈ ਲੈਟਸ ਗੋ ਉਸਤਾਦ ਜੀ, ਚਲੋ ਗੇਟੂ ਦੇ ਹਾਲੇ ਪਾਸੇ ਭੱਜੋ। ਤੁਸੀਂ ਸ਼ੋਰੂਮ ਭੇਜ ਕੇ ਪੇਮੈਂਟ ਕਰਾ ਦਿਓ। ਵੈਰੀ ਗੁੱਡ ਸ਼ਮਸ਼ੇਰ ਜੀ, ਜ਼ਰਾ ਗੱਡੀ ਦੀ ਪੇਮੈਂਟ ਕਰ ਦਿਓ। ਤੁਹਾਡੇ ਅੱਗੇ ਮੇਰੀ ਮਿਹਨਤ ਆ, ਗੱਡੀ ਦੀ ਪੇਮੈਂਟ ਬਾਅਦ ਚ ਕਰਾ ਲਈ, ਪਹਿਲਾਂ ਮੇਰੀ ਪੇਮੈਂਟ ਕਰਾਓ। ਪੁੰਮਣ ਰੋਕੀ ਖੜਾ ਕਿਉਂ? ਆਖਿਰ ਨਿੱਕੀ ਜੀ ਗੱਲ ਪਿੱਛੇ ਬਈ ਮੇਰਾ ਨਾਂ ਨਹੀਂ ਸਹੀ ਲੈਂਦਾ, ਹੁਣ ਤੁਸੀਂ ਆਪਣਾ ਨਾਂ ਹੀ ਇੰਨਾ ਟਫ ਰੱਖ ਲਿਆ, ਇਹਦੇ ਵਿੱਚ ਮੇਰਾ ਕੀ ਕਸੂਰ ਆ? ਮੇਰੇ ਕੋਲ ਤਾਂ ਕਈ ਵਾਰੀ ਮੈਡਮ ਬਲੈਕ ਕੌਫੀ ਖਾਣ ਲਈ ਪੈਸੇ ਨਹੀਂ ਹੁੰਦੇ। ਬਲੈਕ ਕੌਫੀ ਖਾਈ ਦੀ ਨਹੀਂ ਹੈ,
ब्लैक कॉफी पी दी है। बस वही मैम जो तुसी कह रहे हैं। ओहो, ते फिर कौन करूंगा पेमेंट? मैं करूंगा। हाँ, वो तो तू करेगा ही। पर उठे जिथे मेरी मर्जी होगी। ओ शट अप, बकवास बंद कर ते पेमेंट कर। ओए होए होए, इतनी माड़ी शब्दावली, वो भी अपने घर वाले लई। मैनेजर साहब, कोई पेमेंट नहीं करनी, सारिया गड्डिया बेच के सिर्फ एक गड्डी रखो। इत्थे गड्डिया दी लाइन लाई आ, ये कोई टैक्सी स्टैंड आ? हे बेबी, की गल, इन्नी गुस्से च क्यों है? मैनू एक स्पोर्ट्स कार पसंद आई सी, पर उस गवार ने ना पैसे नहीं दिते, जिवे ओदे प्यो दे होण। यू आर रॉन्ग, तू मैनू दस देंदी? मैं उत्थे आके ओदे दो थप्पड़ मारने सी ते तैनू पैसे दवा देने सी। नहीं हनी, यू डोंट नो, ओ अजकल इन्ना इरिटेट कर रहा है मैनू, इन्ना ज्यादा कि बहुत एटीट्यूड आ गया ओदे च। चिल मार, let's have a drink together. Waiter, two shots. Cheers. What? Let's dance. Get lost. You know what? You're not paying attention towards me. Come on, let's dance. Leave me. Come, baby. Me? Come. What are you doing? Thank you.
मैं ना हुणे सिस्टर नूं भेजदी आं। ਕਿਵੇਂ ਆਈ? ਮੈਂ ਇੱਥੇ ਕਦੋਂ ਤੋਂ ਹਾਂ? ਤੂੰ ਤਾਂ ਮਰ ਗਈ ਸੀ, ਪਰ ਤੁਹਾਡੇ ਹਸਬੈਂਡ ਨੇ ਤੁਹਾਨੂੰ ਮੌਤ ਦੇ ਮੂੰਹ 'ਚੋਂ ਕੱਢ ਲਿਆ। ਰੀਅਲੀ, ਪਹਿਲੀ ਵਾਰੀ ਵੇਖਿਆ ਇੰਨਾ ਪਿਆਰ ਕਰਨ ਵਾਲਾ ਇਨਸਾਨ। ਯੂ ਆਰ ਸੋ ਲੱਕੀ। ਥੈਂਕ ਯੂ। ਗੈਟ ਵੈਲ ਸੂਨ ਡਾਰਲਿੰਗ, ਆਈ ਐਮ ਬਿਜ਼ੀ। Can't come to see you. Your love, honey. Pehli vari vekhi, inna pyar karan wala insaan. You are so lucky. ਲਈ ਵੇ
जग सारा मैं चन्ना चाहिदे बस तेरा एक सहारा वे चन्ना तैनू जित लिया सजना वे सब कुछ हर के मैनू जिंदगी जिंदगी लगदी है एक तेरे करके मैनू जिंदगी जिंदगी लगदी है एक तेरे करके एक तेरे करके एक तेरे करके एदा कोई इलाज करना पैना है। रांचे, आ तू की वजांदा रहंदा देसी जा इंस्ट्रूमेंट गिटार वजाए कर बहुत रोमांटिक हुंदा ए कोई देसी जा साज नहीं एदे च पंजाब दी रूह वसदी है एदी खासियत पता की है ए तू भी उंगलां नाल नहीं दिल दियां गहराइयां नाल वजदी है ते जदों इह वजदी है ना प्यार दियां तंदां छेड़दी है इह तू की बोली जाना मेरे तां कुछ समझ नहीं आंदा तैनू उस दिन समझ लगनी है जदों तैनू भी मेरे नाल दिलों प्यार हो गया ते उस दिन तैनू इह तू भी वजाउण दी लोड़ नहीं पैनी प्यार दियां तंदां नाल अपने आप वजूगी हां जी बुलाया तुसी प्रीतो मैं जानता तैनू पैसे की बहुत लोड़ है और मैं तेरी पैसे की लोड़ पूरी कर सकता प्रीतो पैसे पिछे कुछ भी कर सकती है हनी कम छोटा होवे या वड्डा कोई फर्क नहीं पैंदा तू सिर्फ कम दस करना की है प्रीतो तू जानती है मैं जूलियट नू कितना प्यार करता और रांझा मेरे रस्ते दा रोड़ा बनया होया है ओनू हटाना है पर हनी उन्हां दोवां दा ते प्यार ही बहुत है अजकल इस सारा कुछ हो कि में अज सूरज पछम चुक में चढ़ाया सोनी लग रही है मैं नहीं नहीं सोनी नहीं बहुत ज्यादा सोनी लगती है पंजाबी सूट तेरे ते बहुत सोहना लगता जी तो करता तेनू वेखी जावा तेरे कोल ही बैठा रहा पर एक जरूरी काम लई मैनू बाहर जाना पैना तू तो इदा ही बन ठण के मेरी वेट करी ओके बट जल्दी आ जी मैं तेरा वेट करूंगी जी
की होया? सुखता है? तू रो क्यों रही है? नाले की होया प्रीतो तेनू? ज्यादा पोला ना बन, इन्नी माड़ी करतूत करदिया होया तेनू शर्म नहीं आई? माड़ी करतूत? पर मैं कीता की भुआ जी? खबरदार खबरदार, जे मैनू भुआ किया तां एक नौकरानी दी इज्जत ते हाथ पांदिया होया तेनू शर्म नहीं आई? इज्जत नू हाथ पा लिया? की कह रहे हो जूलियट? ये सब झूठ है। झूठ है? तेनू ये सब कर दिया? असी अपनी अखां नाल वेख्या। तेनू जरूर कोई गलत फहमी हुई है। तेनू तो पता ना मैं तेनू किन्ना प्यार करदा जूलियट। जे तेनू प्यार दा मतलब पता हुंदा तां तू इन्नी घटिया हरकत कदे भी ना करदा। शकल नहीं वेखना चाहुंदी मैं तेरी। अज तो बाद मर गया तू मेरे लिए। इन्नी बेइज्जती हो तो बाद भी खड़ा? शर्म नहीं आंदी तेनू? दफा हो जा। बस बहुत हो गया। मैं सब कुछ बर्दाश्त कर सकता पर अपने किरदार दे उत्ते लगी हुई एडी वड्डी तोहमत बर्दाश्त नहीं कर सकता। अज मैं तेनू दसदा मैं इत्थे क्यों आया सी। मैं इत्थे तेरे पैसों करके नहीं सी आया। अज तो 15 साल पहला दी गल है। मैं क्या जी, जो मैं सोच रही हूँ तुसी भी वही सोच रहे हो? हाँ हाँ, मैं भी वही सोच रहा जो तू सोच रही है। भैन जी, जे ऐदा हो जाए ना तो बहुत ही वधिया गल है। बिल्कुल जी, मेरी जूलियट थोड़े घर दी नूह बने, एतो भला वधिया होर केड़ी गल हो सकती है। नाले मेनू भी अपनी मिट्टी नाल जुड़िया होया मुंडा चाहिदा सी, ते रांझे तो वधिया होर केड़ा हो सकदा। ते जदों आपां वड्डे होए मेरी माँ ने तेरे घरे फोन किया, ते फोन तू चुकिया। हैलो। हैलो, संडे बोल दी? नहीं पुआ, तो करने ही है। अच्छा अच्छा, तू जूलियट बोल दी है? पुत मैं रांझे दी बेबे बोल दी है, पिंड तो। व्हाट, केड़ा रांझा केड़ा पिंड? नहीं पुत, ऐदा नहीं बोली दागा, बचपन च ना थोड़ा रिश्ता तय किया सीगा। व्हाट, ते मैं तेरी सास बोल दी हां। ओह प्लीज, अपनी ना औकात रह के गल करो। मैं थाईलैंड दी बिलियनर। थोड़े पेंडू मुंडे नाल ब्याह कराऊंगी? माय फुट। फिर मेरी मां ने मैनू ते मामे नू तेनू लेके आउण लई इत्थे भेजिया, इसे करके मैं सारा कुछ बर्दाश्त करदा रहा। पर हुण तां गल हदों वध गई। तू मेरे किरदार ते शक कीता? चंगा होया मेरियां अखां खुल गईयां तेरी आ असलियत वेख के। चला जा इत्थों, गेट लॉस्ट। इतिहास गवाए सरदारा ने अज तक इज्जतां बचाईयां ने, कदे लुटियां नहीं। मैं अज तो बाद तेरी शक्ल नहीं देखना चाहुंदा। जा रहा मैं अपने पंजाब। नसीबां दी ओ चलिया विछोड़ा वीता हुंदा ए मुकद्दरी। सोचदा सी ओ दियां बाहां च दम टुटे, हुण दई खुर जावेगा तू अंदरी। तारे आवे तारे आके दे इश्क ने मारिया, तारे आवे तारे आके दे इश्क ने मारिया। जिनू जान जा, जिनू जान जा, जिनू जान जान कहिंदा सी। ओने तेनी मारिया तारे आवे तारे आ, ओने तेनी मारिया तारे आवे तारे आ, तारे
चार क दिना तो रंग फिका होया खाबां दा, चार क दिना तो सोने दुखड़ा रबाबां दा, चार क दिना तो यारी टुट गई यारां दी, चार क दिना तो हेडलाइन अखबारां दी। खारिया वे खारिया रुक जा हंजू, खारिया खारिया वे खारिया रुक जा हंजू, खारिया जिनू जान जा, जिनू जान जा, जिनू जान जान कहिंदा सी, ओने तेनी मारिया तारिया वे तारिया, ओने तेनी मारिया तारिया वे तारिया, तारिया वे तारिया के दे इश्के ने मारिया। पहलों पहले आंदे रोज रंगले ख्याल सी, जान तो प्यारा पर छावे वांगू नाल सी, लबदा हुंदा नी चन मस्या दी रात नूं, भुल जा मोहब्बतां दी हर एक बात नूं, मारिया ओए मारिया जीत दर्दा मारिया, मारिया दर्दा मारिया, जिनू जान जा, जिनू जान जा, जिनू जान जान कहिंदा सी, ओने तेनी मारिया तारिया वे तारिया, ओने तेनी मारिया तारिया वे तारिया, तारिया वे तारिया के दे इश्के ने मारिया। मामा हुण किन्नी क दारू पी जाएगा? रांझिया यह सारा कुछ फिल्मां च ही हुंदा, पर असल जिंदगी च इक शकल ते दो इंसान नहीं हो सकते। मामा हुण चाहे ना हुण मैं सारा कुछ भुल चुकिया, हुण तू भी भुल जा। तू भुल सकदा पर मत्थे ते लग्या कलंक मैं नहीं भुल सकता। यह तो आपां नूं पता भी तू तो की अपनी सत पुश्तां च कोई घटिया हरकत नहीं कर सकता, पर किदा किदा मूंह बंद करांगे। जे रब है एक ना एक दिन उस शख्स नूं जरूर नंगिया करू जिन्हें तेरे खिलाफ ये साजिश रची आ। मेरी पूरी जिंदगी बर्बाद हो जू मैडम जी, पुलिस नू ना बुलाइयो। मैं थोनू सारा कुछ सच सच दस दी हां। उस दिन जो भी होया सी
ਉਹਦੇ ਚ ਰਾਂਝੇ ਦਾ ਕੋਈ ਕਸੂਰ ਨਹੀਂ ਸੀ, ਰਾਂਝਾ ਬੇਕਸੂਰ ਹੈ ਮੈਡਮ ਜੀ। एक शकल दे दो बंदे मैनू बनाने आते हैं। गुड जॉब। उस दिन हनी ने रांझे वर्गा मुंडा बुला के रांझे नू बदनाम करन दा प्लान बनाया सी। मैनू पैसों की बहुत लोड़ सी, इस करके मैं उदिया गल्ला जा गई। सत करता डैन भी छड़ दिंदी आ, तू जड़ी थाली च खाया उहदे च छेद कर दिता। छी, तेनू पता भी है ए तू की कीता? तू मेरी जिंदगी बर्बाद करती। तेरे करके मैं रांझे नू किन्ना बुरा भला बोली। सारी जिंदगी लई तू मैनू ओदिया नजरां च शर्मसार करता। शर्म नहीं आई तेनू? जूलियट, कित्थे जा रही है जूलियट? बुआ जी, ओत्ते जिथे मैनू बहुत पहला चले जाना चाहिदा सी। जूलियट, फिर तो भुलिया जे शाम घर आ जाए तो उसको भुलिया नहीं कहते। हे मेरे मालका, जाने अनजाने बिच उस बच्चे ते लाए इल्जाम ले, सानू माफ करी। हे वाहे गुरु, तू कुल दुनिया का वारस है, मेरी भी मुराद पूरी कर दे। मैं ते उन्हों बचपन तो ही अपने घर की नूह बना लिया सी, पर मन्नण नूं तैयार ही नहीं। पर हे बख्शनहार, तू चाहे तो सब कुछ हो सकता है। थोड़ी जी कृपा कर दो ताकि मेरे भी पुत का घर वस जाए। बेबे, नंगे पैरी तुर तुर के तू अपने पैरों ते छाले पवा ले, परमात्मा भी इत्थे की करू। बेबे, उन्हां तिलां च तेल ही है नहीं जिन्ना चो तू कढ़ना चाहनी है। नहीं पुत, ऐदा नहीं बोलीदा हुंदा। वाहे गुरु दे घर सच्चे दिलों कीती अरदास कदे खाली नहीं जांदी, ते मैनू अपने वाहे गुरु ते पूरा भरोसा है, ओ तेरी जिंदगी च जरूर आऊगी। तू फिक्र ना कर। वाहे गुरु, वाहे गुरु। तेरा तो नहीं कोई फ्रेंड आया? नाले बार भी खुला, मैं तो बार बंद करके गई सी। फिर गेट की नहीं खुले? हाँ, अपना ही होना कोई। वही तो मैं कहनी है। चलो देख दे। बेबे, इन्हें का चुप करके इतो चले जाओ। नहीं पुत, घर आए तो दुश्मन भी गले ला लेता, ये तो फिर भी अपने ने। मैनू माफ कर दो बीबी जी। मैनू माफ कर दो पुत, मैं सौ खाधी सी कि जब तक तू इस घर च पैर नहीं पाएगी ना, मैं भी अपने पैरों च जुत्ती नहीं पाऊंगी। तेरी राह वेखदे वेखदे तो मेरी अखां दी निगाह चली गई। छड्ड रांझा कोई ना। रांझा, असी जो तेरे नाल कीता है वो माफी दे काबिल तो नहीं, पर हाथ जोड़ के तेरे तो माफी मांगती हाँ। प्लीज सानू माफ कर दे,
सानू साड़ी गलती का एहसास हो गया प्लीज गलती का एहसास वो भी थोनू मैनू पता तुसी जड़े मकसद नू इत्थे आए हो बेबे जड़ी फाइल दित्ती सी मैं वो लेके आई जरा हाँ लियानी है मैं जे तेनू यह लगता मैं तेरे पैसों करके तेरे नाल व्याह कराया तो यह तेरा बहुत वड्डा वहम है क्योंकि जट को अपनी सौकले जमीन है शमशेर जी इन्हों की नॉलेज लिए इन्हों पढ़ के सुना दौ कि जड़ी प्रॉपर्टी लिए इतने आए हैं ना वो तो मैं इंडिया आने तो पहले ही ये वाती सी बाकी रही गल प्यार मुहब्बत की वो तेरे वस की गल नहीं तेनों जो चाहिए सी मिल गया हम कृपा करके जड़े राह आए हो मेरी गल मनो उस राह वापस मुड़ जू कि ना हो मैं भी थोड़े ना ही वर्ताव करा जिहड़ा वर्ताओ तुसी मेरे नाल कीता सी की है जिन्ना पुत चल जूलियट की होया जूलियट चल चलिए नहीं पुआ जी जूलियट जिद छाड़ते चल घर वापस चलिए रांझा अजे बहुत गुस्से च है ओदे दिल ते गहरे जख्म लगे ने पर इंच टाइम लगेगा जूलियट तुसी जाना है ते जाओ मैं रांझे ते बिना नहीं जाना मैं तेनू छड़ के किवें जा सकती हाँ हाँ मैं तेनू लाए बगैर नहीं जा सकती जूलियट प्लीज बुआ जी प्लीज तुसी जाओ मैनू थोड़ी देर लई कल्ली छड़ दो प्लीज मैं आपे आ जांगी लभदे लभदे सारा पंजाब छान मारिया शुक्र है तू लभ गई है जूलियट मैनू पता लग गया उन्हें सारी प्रॉपर्टी तेरे ना कर दिती है नहीं तो उधर मैं हाथ कड़ियां लवा देनिया सी कुछ बोलती क्यों नहीं हाथ कड़ी तेनू लगूगी तेरी असलियत दा पर्दा फाश हो गया प्रीतो ने मैनू सब कुछ दसता तेनू लगूगी हाथ कड़ी जे हुण मेरा पर्दा फाश हो ही गया तेनू सब कुछ पता लग ही गया है जो मैं हुण करन वाला दैट्स गोना बी रियल बैड चल चल हनी चल लीव मी Oh! Oh!
ਪ੍ਰਾਪਰਟੀ ਚਾਹੀਦੀ ਸੀ ਨਾ ਤੈਨੂੰ ਮੇਰੀ ਹਾਂ ਆ ਲੈ ਪ੍ਰਾਪਰਟੀ ਪ੍ਰਾਪਰਟੀ ਤਾਂ ਮਿਲ ਗਈ ਹੁਣ ਫਰਦ ਵੀ ਲੈ ਲੈ ਬੈਠਾ ਨਹੀਂ ਨਹੀਂ ਇਹਨੂੰ ਜੂਲੀਅਟ ਤੂੰ ਠੀਕ ਤਾਂ ਹੈ ਨਾ ਰਾਂਝਿਆ ਚੱਲ ਹੁਣ ਮੇਰਾ ਕਹਿਣਾ ਮੰਨ ਓਏ ਸੁਣ ਤਾਂ ਸਹੀ ਰਾਂਝਿਆ ਓ ਹੈਲੋ ਗੱਲ ਯਾਰ ਰਾਂਝਿਆ ਓ ਰਾਂਝਿਆ ਰੁਕ ਜਾ ਯਾਰ ਓ ਮੱਲਾ ਮੇਰੀ ਗੱਲ ਤਾਂ ਸੁਣ तेरी जूलियट हीर बन गई चल आ जा ਸੈਂਡੀ ਜੀ ਮੈਂ ਆਪਣੇ ਸੁਪਨੇ ਤੁਹਾਡੇ ਨਾਲ ਬਹੁਤ ਬਦਤਮੀਜ਼ੀਆਂ ਕੀਤੀਆਂ ਉਹਨਾਂ ਬਦਤਮੀਜ਼ੀਆਂ ਨੂੰ ਪੂਰਾ ਕਰਨ ਲਈ ਸਮਾਂ ਆ ਗਿਆ ਗੁੜਾਚ ਪਿੱਛੇ ਆਟੋ ਘੜੇ ਚ ਸੈਂਡੀ ਜੀ ਬੀ ਪ੍ਰੈਕਟੀਕਲ ਜਿਹੜਾ ਬੰਦਾ ਆਪਣੇ ਸੁਪਨਿਆਂ ਚ ਆਪਣੀ ਇੱਛਾ ਮੁਤਾਬਕ ਮਹਿਲ ਨਹੀਂ ਸਜਾ ਸਕਦਾ ਉਹਨੇ ਹਕੀਕਤ ਚ ਕੀ ਰੰਗ ਲਾਉਣੇ ਆ ਇੱਧਰ ਵੇਖੋ ਜਿੱਥੇ ਇਹਦਾ ਸੁਪਨਾ ਟੁੱਟਦਾ ਯਾਰਾਂ ਦੀ ਲੀਲਾ ਉੱਥੋਂ ਸ਼ੁਰੂ ਹੁੰਦੀ ਹੈ ਉਹ ਸੈਂਡੀ ਜੀ ਇਹਨਾਂ ਲੀਲਾ ਧਾਰੀਆਂ ਦਾ ਕੀ ਗਿਆ ਉਹ ਜੋ ਕੁਛ ਗਿਆ ਇਸ ਵਿਚਾਰੇ ਟਾਈਗਰ ਦਾ ਗਿਆ ਉਹ ਜਦੋਂ ਮੈਂ ਤੁਹਾਡੇ ਪਿਆਰਾਂ 'ਚ ਡਿੱਗ ਗਿਆ ਮੇਰਾ ਸਭ ਕੁਝ ਲੁੱਟ ਗਿਆ ਹੁਣ ਤੁਸੀਂ ਇਸ ਗੱਭਰੂ ਜਵਾਨ ਨੂੰ ਆਪਣੇ ਗੱਲ ਨਾਲ ਲਾਓ ਤੇ ਇਹਨਾਂ ਬੁੜਿਆਂ ਦੀ ਹਿੱਕ ਤੇ ਦੀਵੇ ਜਗਾਓ ਓ ਐਕਚੁਅਲੀ ਨਾ ਤੁਸੀਂ ਤਿੰਨੋਂ ਬੜੇ ਸਵੀਟ ਹੋ ਪਰ ਮੈਂ ਇੱਕ ਨਾਲ ਵਿਆਹ ਕਰਕੇ ਨਾ ਬਾਕੀਆਂ ਦਾ ਦਿਲ ਨਹੀਂ ਤੋੜਨਾ ਚਾਹੁੰਦੀ ਸੈਂਡੀ ਜੀ ਇਹਦਾ ਮਤਲਬ ਤੁਸੀਂ ਸਾਨੂੰ ਤਿੰਨਾਂ ਨਾਲ ਵਿਆਹ ਕਰਾਉਂਗੇ ਨਹੀਂ 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 ਵਿਆਹ ਤਾਂ ਮੈਂ ਇੱਕ ਨਾਲ ਹੀ ਕਰਾਉਂਗੀ ਤੇ ਉਹ ਇਕੱਲਾ ਹੀ ਤੁਹਾਡੇ ਤਿੰਨਾਂ ਦੇ ਬਰਾਬਰ ਹੈ ਆ ਦੇਖੋ ਇਹ ਕਿਹੜਾ ਹੋ ਜਿਹੜਾ ਸਾਡੇ ਤਿੰਨਾਂ ਦੇ ਪਿਆਰ ਦੇ ਵਿੱਚ ਗੁਰਜ ਮਾਰ ਕੇ ਖੰਡਰ ਕਰ ਗਿਆ ਹਵੇਲੀ ਜੀ ਨੇ ਪੱਟ ਲਈ ਉਹਦੀ ਸੇਲੀ ਲੈਲਾ ਛਣਕਣਾ ਹੁਣ ਖੁਦ ਨੂੰ ਬਰਬਾਦ ਨਹੀਂ ਕਰਨਾ ਕਦੇ ਨਾ 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 ਪਿਆਰ ਨਹੀਂ ਕਰਨਾ ਨਾ ਨਾ ਇਤਬਾਰ ਨਹੀਂ ਕਰਨਾ ਨਾ 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 ਦਿਲ ਨਹੀਂ ਦੇਣਾ ਮੈਂ ਖੁਦ ਨੂੰ ਬਰਬਾਦ ਨਹੀਂ ਕਰਨਾ ਤੇਰੇ ਜਲਕ ਮਰਦ ਨੇ ਮੇਰੀਆਂ ਸਿਫਤਾਂ ਕਰਦੇ ਨੇ ਹੁਸਨਾਂ ਦੀ ਮਾਲਕ ਮੈਂ ਮਾਲਕ ਤਾਂ ਪੈਰੇਦਾਰ ਨਹੀਂ ਬਣਨਾ ਮੈਂ ਤਾਂ ਪਰੀਆਂ ਤੋਂ ਸੋਹਣੀ ਮੁਟਿਆਰ ਵੇ ਮੈਂ ਤਾਂ ਪਰੀਆਂ ਤੋਂ ਸੋਹਣੀ ਮੁਟਿਆਰ ਵੇ ਨੇ ਸੁਰਖ ਗੁਲਾਬੀ ਨਖਰੇ ਲਖ ਲਖ ਦੇਣੇ ਕਬਰੂ ਨਾ ਪਾਣੀ ਮੰਗਦੇ ਤਾਰੇ ਐ ਅੱਖ ਦੇਣੇ ਗਾਏ ਲੱਖ ਸੋਹਣਿਆ ਬਦਲਾਏ ਲੱਖ ਸੋਹਣਿਆ ਤੇਰੇ ਮੈਂ ਹਤਨੀ ਆਉਣਾ ਰਾਜੋ ਪਾਛੇ ਹੱਟ ਸੋਹਣਿਆ ਮੈਂ ਤਾਂ ਪਰੀਆਂ ਤੋਂ ਸੋਹਣੀ ਮੁਟਿਆਰ ਵੇ ਮੈਂ ਤਾਂ ਪਰੀਆਂ ਤੋਂ ਸੋਹਣੀ ਮੁਟਿਆਰ ਵੇ ਸੋਹਣੀ ਮੁਟਿਆਰ ਵੇ
सूरज भी वेख वेख के सजदे मैनू करदा आ मंडिया दा चन्न मरे तो ताइयो ता सरदा आ पौना विच खुशबू गोला मिठे जद बोल मैं बोला राता तो दुगने काल ताइयो ता मैं वाल खोला मैं ता परियां तो सोनी मुटिया रवे मैं ता परियां तो सोनी मुटिया रवे मैं ता परियां तो सोनी मुटिया रवे सूरज भी वेख वेख के सजदे मैनू करदा आ मंडिया दा चन्न मरे तो ताइयो ता सरदा आ पौना विच खुशबू गोला मिठे जद बोल मैं बोला राता तो दुगने काल ताइयो ता मैं वाल खोला मैं ता परियां तो सोनी मुटिया रवे मैं ता परियां तो सोनी मुटिया रवे